ਯਾਰ ਨਿਸ਼ਾ ਹੂੰ ਸਟੂਡੀਓ ਤਾਂ ਅਜੇ ਵਿਹਲਾ ਹੀ ਪਿਆ ਸ਼ਮਾਰੂ ਵਾਲਿਆਂ ਨੇ ਦੱਸਿਆ ਵੀ ਇਹ ਪੀਟੀਸੀ ਨੂੰ ਵੀ ਆਪਾਂ ਅੱਜ ਇੰਟਰਵਿਊ ਕਰਨੀ ਹੈ ਇੱਥੇ ਚੱਲ ਕੋਈ ਨਾ ਮੈਂ ਥੋੜਾ ਹਲੇ ਹੋਰ ਤਿਆਰ ਹੋ ਲੈਣੀ ਆ ਹੋਰ ਤਿਆਰ ਹੋਣ ਨੂੰ ਅਜੇ ਸਾੜੀ ਲਾਉਣੀ ਬਾਕੀ ਰਹਿ ਗਈ ਤੇਰੇ ਹਾਏ ਕਿੰਨੀ ਸੋਹਣੀ ਆ ਮੈਂ ਓਏ ਗਲਤ ਫਹਿਮੀ ਕਿਹਨੇ ਪਾਤੀ ਤੈਨੂੰ ਜਿਹਨੇ ਸਵੇਰੇ ਤੁਹਾਨੂੰ ਕਿਹਾ ਕਿ ਤੁਸੀਂ ਬਹੁਤ ਹੈਂਡਸਮ ਹੋ ਚਲੋ ਕਟਰੀਨਾ ਕੈਫ ਤਾਂ ਮੈਨੂੰ ਵੈਸੇ ਹੀ ਕਹਿੰਦੀ ਰਹਿੰਦੀ ਹੈ ਆਹ ਚੰਗੀ ਗੱਲ ਹੀ ਹੈ ਆਹ ਸਿੰਗਿੰਗ ਅਤੇ ਐਕਟਿੰਗ ਵਿੱਚ ਤਾਂ ਪਹਿਲੇ ਤੁਸੀਂ ਮੱਲਾਂ ਮਾਰੀ ਬੈਠੇ ਹੋ ਅਤੇ ਆਹ ਐਂਕਰਿੰਗ ਵਿੱਚ ਵੀ ਆਪਣੇ ਪਰਬਤ ਖੜੇ ਕਰ ਲਏ ਓ ਗੁਰਜੀਤ ਭਾਅ ਜੀ ਪਰਬਤ ਜਿੰਨਾ ਮਰਜ਼ੀ ਉੱਚਾ ਹੋ ਜੇ ਪਰ ਰਹਿੰਦਾ ਤਾਂ ਸਾਰਿਆਂ ਤੋਂ ਥੱਲੇ ਹੀ ਹੈ ਨਾ ਕਿਆ ਬਾਤ ਹੈ ਕਿਆ ਬਾਤ ਹੈ ਚਲੋ ਆਓ ਜੀ ਫਿਰ ਬੈਠੀਏ ਬਿਲਕੁਲ ਜੀ ਬਿਲਕੁਲ ਆਓ ਜੀ ਆਓ ਜੀ ਤੇ ਮਿੱਤਰੋ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਮੇਰੇ ਅੱਜ ਦੇ ਮਹਿਮਾਨ ਕੌਣ ਨੇ ਜੀ ਪੀ ਟੀ ਸੀ ਸ਼ੋਕੇਸ ਦੇ ਵਿੱਚ ਵਨ ਐਂਡ ਓਨਲੀ ਕਰਮਜੀਤ ਅਨਮੋਲ ਜੀ ਅਤੇ ਨਿਸ਼ਾ ਬਾਨੋ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਦੋਨਾਂ ਦਾ ਥੈਂਕ ਯੂ ਜੀ ਮਿਹਰਬਾਨੀ ਗੁਰਜੀਤ ਜੀ ਅਤੇ ਕਰਮਜੀਤ ਭਾਅ ਜੀ ਮੇਰੇ ਖਿਆਲ ਕਾਫੀ ਚਿਰ ਤੋਂ ਬਾਅਦ ਸਟੂਡੀਓ ਦੇ ਵਿੱਚ ਮਤਲਬ ਆਪਾਂ ਮੁਲਾਕਾਤ ਕਰ ਰਹੇ ਹਾਂ ਬਿਲਕੁਲ ਬਿਲਕੁਲ ਸੋ ਅੱਛਾ ਲੱਗ ਰਿਹਾ ਸਾਨੂੰ ਵੀ ਅਤੇ ਨਿਸ਼ਾ ਜੀ ਦਾ ਪਹਿਲੀ ਦਫਾ ਹੀ ਮੇਰੇ ਖਿਆਲ ਬਿਲਕੁਲ ਜੀ ਤੁਸੀਂ ਬੁਲਾਇਆ ਹੀ ਹੋਣਾ ਜੀ ਚਲੋ ਜੀ ਆਇਆਂ ਨੂੰ ਪੀ ਟੀ ਸੀ ਪੰਜਾਬੀ ਦੀ ਤਰਫੋਂ ਸਾਡੇ ਵੱਲੋਂ ਜੀ ਤੁਹਾਨੂੰ ਦੋਨਾਂ ਨੂੰ ਅਤੇ ਕਰਮਜੀਤ ਭਾਅ ਜੀ ਆਪਾਂ ਇੰਟਰਵਿਊ ਦਾ ਪਹਿਲਾ ਸਵਾਲ ਮੇਰੇ ਮਨ 'ਚ ਵੀ ਹੈਗਾ ਤੁਹਾਡੇ ਫੈਨਸ ਦੇ ਮਨ ਵਿੱਚ ਵੀ ਹੈਗਾ ਹਾਂਜੀ ਤਾਂ ਹਾਲਾਂਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਪਰ ਕਈ ਫੈਨਸ ਨੂੰ ਨਹੀਂ ਹਜੇ ਵੀ ਪਤਾ ਹੈਗਾ ਕਿ ਤੁਸੀਂ ਐਜ਼ ਅ ਸਿੰਗਰ ਬਹੁਤ ਛੋਟੀ ਉਮਰ ਵਿੱਚ ਸ਼ੁਰੂਆਤ ਕੀਤੀ ਸੀ ਆਪਣੇ ਕਰੀਅਰ ਦੀ ਬਿਲਕੁਲ ਜੀ ਅਤੇ ਜੇ ਹੁਣ ਪੁੱਛਿਆ ਜਾਵੇ ਇਹਦੀ ਸਟੋਰੀ ਨੂੰ ਰਿਵੀਲ ਕਰੂੰਗੇ ਥੋੜ੍ਹਾ ਜਿਹਾ ਬਿਲਕੁਲ ਜੀ ਮੈਂ ਉਦੋਂ ਪਲੱਸ ਵਨ ਟੂ ਦੇ ਵਿੱਚ ਹੀ ਸੀ ਜਦੋਂ ਮੇਰੀ ਫਸਟ ਐਲਬਮ ਆਈ ਸੀਗੀ ਆਸ਼ਕ ਭਾਅ ਜੀ ਸੀ ਐੱਮ ਸੀ ਕੰਪਨੀ ਦੇ ਵਿੱਚ ਜਰਨੈਲ ਘਮਾਨ ਜੀ ਨੇ ਕੱਢੀ ਸੀ ਬੜੇ ਵਧੀਆ ਪ੍ਰੋਡਿਊਸਰ ਸੀਗੇ ਉਹ ਪ੍ਰਜੈਂਟਰ ਸੀਗੇ ਔਰ ਉਸ ਤੋਂ ਬਾਅਦ ਗਾਉਂਦਾ ਗਿਆ ਅਤੇ ਕੁਛ ਮੌਕਾ ਇਹੋ ਜਿਹਾ ਕਿ ਭਗਵੰਤ ਮਾਨ ਜੀ ਦੇ ਨਾਲ ਮੈਂ ਸ਼ੁਰੂ ਕੀਤਾ ਕਾਮੇਡੀ ਇੱਕ ਯੁੱਗ ਨੂੰ ਕਹਿੰਦਾ ਚੱਲਦਾ ਸੀਗਾ ਸੀਰੀਅਲ ਅਤੇ ਉਸ ਤੋਂ ਬਾਅਦ ਇੱਧਰ ਜ਼ਿਆਦਾ ਬਿਜ਼ੀ ਹੋ ਗਿਆ ਓਕੇ ਹਾਂਜੀ ਅਤੇ ਮਤਲਬ ਕਿ ਉਦੋਂ ਸ਼ੁਰੂਆਤ ਆਪਣੀ ਉੱਥੋਂ ਦੀ ਹੋਈ ਮੇਰੀ ਸਿੰਗਿੰਗ ਦੀ ਹਾਂਜੀ ਹਾਂਜੀ ਪਹਿਲਾਂ ਹਾਂ ਇੰਨਾ ਜ਼ਰੂਰ ਸੀ ਵੀ ਕਾਲਜ ਦੇ ਵਿੱਚ ਮੈਂ ਪਾਰਟੀਸਪੇਟ ਕਰਦਾ ਸੀਗਾ ਐਕਟਿੰਗ ਦੇ ਵਿੱਚ ਜਿਵੇਂ ਪਲੇ ਵਗੈਰਾ ਜਾਂ ਸਕਿਟਸ ਵਗੈਰਾ ਹੁੰਦੀਆਂ ਸੀਗੀਆਂ ਬਟ ਜ਼ਿਆਦਾ ਮੇਰਾ ਫੋਕਸ ਸਿਰਫ ਸਿੰਗਿੰਗ 'ਤੇ ਸੀਗਾ ਓਕੇ ਜੀ ਅਤੇ ਨਿਸ਼ਾ ਜੀ ਤੁਹਾਡੇ ਬਾਰੇ ਪੁੱਛਿਆ ਜਾਵੇ ਤੁਸੀਂ ਐਜ਼ ਅ ਮਾਡਲ ਵੀ ਕੰਮ ਕੀਤਾ ਐਕਟਿੰਗ ਵੀ ਬਹੁਤ ਕੀਤੀ ਹੈ ਫਿਲਮਾਂ ਦੇ ਵਿੱਚ ਅਤੇ ਫਿਰ ਇਸ ਸਿੰਗਿੰਗ ਵੱਲ ਪਹਿਲਾਂ ਤੋਂ ਰੁਝਾਅ ਸੀਗਾ ਜਾਂ ਬਾਅਦ ਵਿੱਚ ਇੰਟਰਸਟ ਬਣਿਆ ਨਹੀਂ ਜੀ ਬੇਸਿਕਲੀ ਮੈਂ ਮਾਨਸਾ ਦੀ ਰਹਿਣ ਵਾਲੀ ਹਾਂ ਅਤੇ ਸਟੱਡੀ ਖਤਮ ਹੋਣ ਤੋਂ ਬਾਅਦ ਮੈਂ ਚੰਡੀਗੜ੍ਹ ਮੂਵ ਕਰ ਗਈ ਅਤੇ ਚੰਡੀਗੜ੍ਹ ਆਈ ਲੱਕੀਲੀ ਮੈਨੂੰ ਕਰਮਜੀਤ ਸਰ ਨਾਲ ਮੇਰੀ ਮੁਲਾਕਾਤ ਹੋਈ ਅਤੇ ਇਹਨਾਂ ਨਾਲ ਮੁਲਾਕਾਤ ਹੋਈ ਨਾਲ ਦੀ ਨਾਲ ਅਸੀਂ ਮਤਲਬ ਬਣਾਇਆ ਕਿ ਅਸੀਂ ਸਿੰਗਿੰਗ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਇਹਨਾਂ ਨੇ ਮਤਲਬ ਮੈਨੂੰ ਸੁਣਿਆ ਅਤੇ ਮੇਰਾ ਰਿਆਜ਼ ਕਰਾਇਆ ਤਾਂ ਅਸੀਂ ਮਤਲਬ ਸਿੰਗਿੰਗ ਤੋਂ ਸ਼ੁਰੂਆਤ ਕੀਤੀ ਸਿੰਗਿੰਗ ਦੇ ਨਾਲ ਨਾਲ ਹੀ ਐਕਟਿੰਗ ਦਾ ਜੋ ਵੀ ਥੋੜਾ ਬਹੁਤ ਕੀਤਾ ਹੁਣ ਤੱਕ ਉਹ ਚੱਲਦਾ ਰਿਹਾ ਤੇ ਕਰਮਜੀਤ ਸਰ ਨੇ ਮਤਲਬ ਪਹਿਲੀ ਮੂਵੀ ਸੀ ਜਿਹਦੇ ਵਿੱਚ ਕੰਮ ਦਵਾਇਆ ਸੀ ਜੈਟ ਐਂਡ ਜੂਨੀਅਰ 1 ਤੇ ਉਸ ਤੋਂ ਬਾਅਦ ਜੀ ਫਿਰ ਸ਼ੁਰੂ ਹੋ ਗਈ ਐਕਟਿੰਗ ਤੇ ਸਿੰਗਿੰਗ ਨਾਲ ਨਾਲ ਮਾਡਲਿੰਗ ਮੈਂ ਬਹੁਤ ਘੱਟ ਕੀਤੀ ਆਪਣੇ ਸੌਂਗ ਦੇ ਵਿੱਚ ਹੀ ਕੀਤੀ ਹੈ ਜੋ ਵੀ ਮੈਂ ਗਾਏ ਨੇ ਰਾਈਟ ਰਾਈਟ ਮਲਟੀ ਟੈਲੈਂਟਡ ਨਿਸ਼ਾ ਬਾਨੂ ਜੀ ਹੈ ਜਿੱਦਾਂ ਕਿ ਭਾਜੀ ਵੀ ਹੈਗੇ ਨੇ ਕਿਹਦੇ ਨਾਲ ਦੇ ਨਾਲ ਤਾਂ ਇੱਕ ਕੰਬੀਨੇਸ਼ਨ ਬਣ ਕੇ ਸਾਹਮਣੇ ਆਇਆ ਡਿਊਟ ਸਿੰਗਿੰਗ ਦੇ ਤੌਰ ਤੇ ਤੁਹਾਡੇ ਦੋਨਾਂ ਦਾ ਤੇ ਭਾਜੀ ਤੁਹਾਨੂੰ ਫਿਲਮਾਂ ਦਾ ਲੱਕੀ ਚਾਰਮ ਵੀ ਕਿਹਾ ਜਾਂਦਾ ਕਿ ਨਹੀਂ ਪੰਜਾਬੀ ਫਿਲਮਾਂ ਦੇ ਵਿੱਚ ਤੇ ਹੁਣ ਮੈਨੂੰ ਲੱਗ ਰਿਹਾ ਹੌਲੀ ਹੌਲੀ ਜਿਹੜਾ ਪੰਜਾਬੀ 뮤직 ਇੰਡਸਟਰੀ ਹੈ ਉਹਦੇ ਲੱਕੀ ਚਾਰਮ ਵੀ ਤੁਸੀਂ ਬਣ ਜਾਣਾ ਥੈਂਕ ਯੂ ਜੀ ਮਿਹਰਬਾਨੀ ਤੇ ਕਿੱਦਾਂ ਦਾ ਲੱਗਦਾ ਕਿ ਤੁਹਾਨੂੰ ਅੱਛਾ ਕੀ ਲੱਗਦਾ ਐਜ਼ ਐਨ ਐਕਟਰ ਤੁਹਾਨੂੰ ਐਪਰੀਸ਼ੀਏਟ ਕਰਦੇ ਹਨ ਲੋਕ ਉਦੋਂ ਜ਼ਿਆਦਾ ਵਧੀਆ ਲੱਗਦਾ ਜਾਂ ਐਜ਼ ਅ ਸਿੰਗਰ ਮੈਨੂੰ ਦੋਨਾਂ ਹੀ ਵਧੀਆ ਲੱਗਦਾ ਜੀ ਜਦੋਂ ਕੋਈ ਐਜ਼ ਅ ਐਕਟਰ ਵੀ ਕਿਉਂਕਿ ਮੈਨੂੰ ਤਕਰੀਬਨ ਜਿਹੜੇ ਵੀ ਕੰਪਲੀਮੈਂਟ ਮਿਲਦੇ ਨੇ ਉਹ ਇੱਦਾਂ ਮਿਲਦੇ ਭਾਅ ਜੀ ਤੁਸੀਂ ਐਕਟਰ ਵੀ ਬਹੁਤ ਅੱਛੇ ਹੋ ਅਤੇ ਗਾਉਂਦੇ ਵੀ ਬਹੁਤ ਅੱਛੇ ਹੋ ਉਹ ਦੋਨੋਂ ਹੀ ਪੈਰਲਰ ਜਾ ਰਹੀਆਂ ਨੇ ਜੀ ਮੇਰੀਆਂ ਦੋਨੋਂ ਜਿਹੜੀਆਂ ਐਕਟੀਵਿਟੀਜ਼ ਨੇ ਔਰ ਮੈਨੂੰ ਦੋਨਾਂ ਦੇ ਵਿੱਚ ਹੀ ਬੜਾ ਸਕੂਨ ਹੈ ਕਿਉਂਕਿ ਸ਼ੁਰੂਆਤ ਮੇਰੀ ਸਿੰਗਿੰਗ ਤੋਂ ਹੋਈ ਸੀ ਬਟ ਉੱਧਰ ਇਹੋ ਜਿਹੇ ਹਾਲਾਤ ਬਣੇ ਪਹਿਲਾਂ ਉੱਧਰ ਇੰਨਾ ਕਾਮਯਾਬ ਹੋ ਵੀ ਗਏ ਸੀ ਫਿਰ ਇੱਕ ਡਾਊਨਫਾਲ ਆਇਆ ਪਰ ਮੇਰੀ ਐਕਟਿੰਗ ਇੱਕ ਇਹੋ ਜਿਹੀ ਮਤਲਬ ਮੈਨੂੰ ਇੱਕ ਜ਼ਰੀਆ ਬਣਿਆ ਜਿਹਨੇ ਮੇਰੀ ਗਾਇਕੀ ਨੂੰ ਵੀ ਮੁੜ ਸੁਰਜੀਤ ਕੀਤਾ ਇਹ ਤਾਂ ਗੱਲ ਸਹੀ ਹੈ ਜੀ ਬਿਲਕੁਲ ਬਹੁਤ ਘੱਟ ਮੇਰੇ ਖਿਆਲ ਪੰਜਾਬੀ ਇੰਡਸਟਰੀ ਦੇ ਵਿੱਚ ਆਰਟਿਸਟ ਨੇ ਜਿਹੜੇ ਕਾਮੇਡੀ ਵੀ ਕਰ ਰਹੇ ਨੇ ਬਿਲਕੁਲ ਜੀ ਨਾਲ ਦੀ ਨਾਲ ਮੈਂ ਕਿਹਾ ਸਿੰਗਿੰਗ ਵੀ ਕਰ ਰਹੇ ਨੇ ਕੰਬੀਨੇਸ਼ਨ ਤਾਂ ਰੇਅਰ ਹੀ ਹੈ ਅਤੇ 11 ਵੇ ਤਾਂ ਫਿਰ ਕਮਾਲ ਹੀ ਹੈ ਤਾਂ ਉੱਥੋਂ ਇੱਕ ਨਵੀਂ ਮੇਰੇ ਖਿਆਲ 'ਚ ਇੱਕ ਤੁਹਾਨੂੰ ਬਿਲਕੁਲ ਪੁਸ਼ ਫੈਕਟਰ ਮਿਲ ਗਿਆ ਬਿਲਕੁਲ ਜੀ ਬਿਲਕੁਲ ਉਸ ਤੋਂ ਨਿਸ਼ਾ ਜੀ ਫੀਲਡ ਦੇ ਵਿੱਚ ਜਿੱਦਾਂ ਕਿ ਐਕਟਿੰਗ ਹੈ ਉਹ ਇੱਕ ਵੱਖਰੀ ਫੀਲਡ ਹੈ ਕਿ ਨਹੀਂ ਉੱਥੇ ਰਿਹਰਸਲ ਕਰਕੇ ਆਪਾਂ ਪਹੁੰਚਦੇ ਹਾਂ ਪਰ ਜਿਹੜਾ ਮਿਊਜ਼ਿਕ ਹੈ ਸੰਗੀਤ ਹੈ ਸ਼ਾਇਦ ਇੱਕ ਤਪੱਸਿਆ ਹੈਗੀ ਆਪਣੇ ਆਪ ਦੇ ਵਿੱਚ ਗੁਰੂ ਧਾਰਨਾ ਪੈਂਦਾ ਤਾਂ ਤੁਸੀਂ ਕਿਸੇ ਨੂੰ ਗੁਰੂ ਧਾਰਿਆ ਸੀਗਾ ਬਿਲਕੁਲ ਜੀ ਕਰਮਜੀਤ ਕਿਆ ਬਾਤ ਹੈ ਮਤਲਬ ਆਪਾਂ ਇੱਦਾਂ ਕਹਿ ਸਕਦੇ ਹਾਂ ਕਿ ਜਿੰਨਾ ਕੁ ਵੀ ਮੈਂ ਗਾ ਲੈਂਦੀ ਹਾਂ ਜਿੰਨਾ ਕੁ ਵੀ ਮੈਂ ਸਿੱਖਿਆ ਮੈਂ ਇਹਨਾਂ ਤੋਂ ਹੀ ਸਿੱਖਿਆ ਅਤੇ ਜਿੱਦਾਂ ਰਿਹਰਸਲ ਅਸੀਂ ਕਰਦੇ ਹਾਂ ਅਕੈਡਮੀ ਦੇ ਵਿੱਚ ਇਕੱਠੇ ਬੈਠਦੇ ਹਾਂ ਚਾਹੇ ਜਿੰਨੇ ਮਰਜ਼ੀ ਬਿਜ਼ੀ ਹੋਈਏ ਪਰ ਅਸੀਂ ਸ਼ਾਮ ਨੂੰ ਘੰਟਾ 2 ਘੰਟਾ ਰਿਹਰਸਲ ਕਰਦੇ ਹਾਂ ਆਪਣੀ ਐਕਟਿੰਗ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਮੇਰੀ ਆਹਾਂ ਕਿਆ ਬਾਤ ਹੈ ਜੀ ਮਤਲਬ ਪੂਰਾ ਇੰਸਟੀਟਿਊਟ ਤੁਹਾਡੇ ਨਾਲ ਚੱਲਦਾ ਹੈ ਲੋਕੀ ਇੰਸਟੀਟਿਊਟ ਦੇ ਵਿੱਚ ਜਾਂਦੇ ਆ ਤੁਹਾਡੇ ਪੈਰਲਲ ਚੱਲਦਾ ਨਾਲ
ਤਾਂ ਕਰਮਜੀਤ ਭਾਅ ਜੀ ਹੁਣ ਇੱਦਾਂ ਗੱਲਾਂ ਕਿ ਗੱਲਾਂ ਬਾਤਾਂ ਤਾਂ ਬਹੁਤ ਹੈਗੀਆਂ, ਪਰ ਮੇਰਾ ਦਿਲ ਵਾਰ ਵਾਰ ਕਰੀ ਜਾ ਰਿਹਾ ਕਿ ਤੁਹਾਡੇ ਤੋਂ ਗਾਣਾ ਸੁਣਿਆ ਜਾਵੇ। ਹੁਣ ਉਹ ਗਾਣਾ ਜਿਹਨੂੰ ਦੇਖ ਕੇ ਤੁਸੀਂ ਇਸ ਫੀਲਡ ਵਿੱਚ ਆਏ ਸੀਗੇ, ਜਿਹਨਾਂ ਨੂੰ ਤੁਸੀਂ ਆਪਣੀ ਇੰਸਪੀਰੇਸ਼ਨ ਮੰਨਦੇ ਹੋ, ਮੈਂ ਚਾਹੁੰਦਾ ਕਿ ਉਹ ਗਾਣਾ ਜਿਹੜਾ ਪਹਿਲੀ ਦਫ਼ਾ ਸੁਣਿਆ। ਮੈਂ ਜੀ ਮਾਣਕ ਸਾਹਿਬ ਨੂੰ ਬਹੁਤ ਸੁਣਿਆ, ਕਿਉਂਕਿ ਬਚਪਨ ਤੋਂ ਸਪੀਕਰ ਲੱਗੇ ਹੁੰਦੇ ਸੀ ਵਿਆਹਾਂ ਸ਼ਾਦੀਆਂ ਦੇ ਵਿੱਚ, ਅਤੇ ਕੰਨਾਂ 'ਚ ਉਹਨਾਂ ਦੀ ਆਵਾਜ਼ ਗੂੰਜਦੀ। ਅਤੇ ਮੈਨੂੰ BA ਤੱਕ ਜਦੋਂ ਤੱਕ ਮੈਂ ਨਹੀਂ ਹੋਇਆ ਉਦੋਂ ਤੱਕ ਮੈਨੂੰ ਕੋਈ ਸਿੰਗਰ ਚੰਗੇ ਨਹੀਂ ਲੱਗਿਆ ਸੀ ਜੀ ਮਾਣਕ ਸਾਹਿਬ ਤੋਂ ਬਿਨਾਂ। ਵੀ ਜੇ ਕੋਈ ਹੋਰ ਲੱਗਦਾ ਮੈਨੂੰ ਹੁੰਦਾ ਸੀ ਕਿਉਂ ਨਹੀਂ ਬੰਦ ਹੁੰਦਾ ਵੀ ਦੁਆਰੇ ਮਾਣਕ ਸਾਹਿਬ ਕਿਉਂ ਨਹੀਂ, ਜੇ ਕਿਤੇ ਵੈਸੇ ਵੀ ਸੁਣਦਾ ਸੀ, ਕਿਉਂਕਿ ਮੈਂ ਮਾਣਕ ਸਾਹਿਬ ਬਾਰੇ ਦੱਸਦਾ ਜੀ, ਕਿਉਂਕਿ ਉਹ ਇੱਕ ਮਤਲਬ ਮੈਂ ਕਹਿੰਦਾ ਵੀ ਇਕੱਲੇ ਸਿੰਗਰ ਹੀ ਨਹੀਂ ਸੀ, ਇੱਕ ਸੰਸਥਾ ਸੀਗੀ ਜਿਨ੍ਹਾਂ ਦੇ ਗਾਣਿਆਂ ਦੇ ਜ਼ਰੀਏ ਸਾਨੂੰ ਬਹੁਤ ਨੌਲੇਜ ਮਿਲੀ। ਜਿਵੇਂ ਕਿ ਕਿੱਸਿਆਂ ਦੇ ਬਾਰੇ ਪਤਾ ਲੱਗਿਆ ਸਾਨੂੰ, ਸਰਵਣ ਪੁੱਤਰ ਬਾਰੇ ਪਤਾ ਲੱਗਿਆ ਵੀ ਕੌਣ ਸੀ, ਸ਼ਾਣੀ ਕੌਲਾਂ ਬਾਰੇ ਪਤਾ ਲੱਗਿਆ ਕੌਣ ਸੀ, ਜੱਗਾ ਡਾਕੂ ਬਾਰੇ ਪਤਾ ਲੱਗਿਆ, ਮਿਰਜ਼ੇ ਬਾਰੇ ਪਤਾ ਲੱਗਿਆ, ਇੱਥੋਂ ਤੱਕ ਕਿ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਉਹ ਹਮੇਸ਼ਾ ਜਦੋਂ ਵੀ ਸ਼ੋਅ ਕਰਦੇ ਸੀਗੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਾਰ ਤੋਂ ਬਿਨਾਂ ਕਦੇ ਵੀ, ਚਾਹੇ ਉਹ ਜਗਰਾਤੇ 'ਤੇ ਵੀ ਗਏ ਤਾਂ ਉਹਨਾਂ ਨੇ ਉਹ ਗਾਇਆ। ਅੱਛਾ ਜੀ, ਮਤਲਬ ਉਹਨਾਂ ਨੇ ਇੰਨਾ ਇਤਿਹਾਸ ਗਾਇਆ, ਸਾਨੂੰ ਬਹੁਤ ਕੁਛ ਉਹਨਾਂ ਤੋਂ ਮਿਲਿਆ। ਉਹਨਾਂ ਦੇ ਗੀਤ ਇੱਕ ਹਰ ਰਿਸ਼ਤੇ ਦਾ, ਭੈਣ ਦਾ, ਮਾਂ ਦਾ, ਭਰਾ ਦਾ, ਪੁੱਤ ਦਾ, ਹਰ ਰਿਸ਼ਤੇ ਦਾ ਉਹਨਾਂ ਨੇ ਗੀਤ ਗਾਇਆ ਜੀ। ਔਰ ਜਿਹੜਾ ਸਭ ਤੋਂ ਵਧੀਆ ਮੈਨੂੰ ਗੀਤ ਲੱਗਿਆ, ਜਿਹੜਾ ਮੇਰੀ ਸ਼ੁਰੂਆਤ ਹੋਈ ਜਿਸ ਗੀਤ ਤੋਂ, ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ, ਉਹ ਮੈਂ ਹਮੇਸ਼ਾ ਇਹ ਗੀਤ ਪਹਿਲੀ ਕਲਾਸ ਤੋਂ ਮੈਨੂੰ ਯਾਦ ਹੈ ਵੀ ਮੈਂ ਉਹ ਗਾਉਂਦਾ ਸੀ। ਇੱਕ ਮੇਰੇ ਯਾਦ ਹੈ ਵੀ ਮੈਂ ਛੋਟਾ ਹੁੰਦਾ ਜਿੱਥੋਂ ਮੈਂ ਆਪਣੀ ਗਾਇਕੀ ਦੀ ਸ਼ੁਰੂਆਤ ਮੰਨਦਾ, ਸਾਡੇ ਪਿੰਡ ਇੱਕ ਟੂਰਨਾਮੈਂਟ ਸੀ, ਉਦੋਂ ਮੇਰਾ ਖਿਆਲ ਵੀ 6-7 ਸਾਲ ਦੀ ਉਮਰ ਸੀ, ਅਤੇ ਉੱਥੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕੀਤੀ ਗਈ ਕਿ ਮਾਣਕ ਸਾਹਿਬ ਆ ਰਹੇ ਨੇ, ਅਤੇ ਮਾਣਕ ਸਾਹਿਬ ਦਾ ਇੰਨਾ ਕਰੇਜ਼, ਹੁਣ ਤੱਕ ਕਰੇਜ਼ ਰਿਹਾ ਅਤੇ ਰਹੂਗਾ ਵੀ, ਅਤੇ ਉਹਨਾਂ ਵੇਲੇ ਤਾਂ ਉਹਨਾਂ ਦੀ ਬਹੁਤ ਜ਼ਿਆਦਾ ਚੜ੍ਹਾਈ ਸੀ, ਅਤੇ ਉੱਥੇ ਬਹੁਤ ਜ਼ਿਆਦਾ ਇਕੱਠ ਹੋਇਆ, ਅਤੇ ਜਦੋਂ ਉਹਨਾਂ ਨੇ ਕੱਢਿਆ ਮੈਨੂੰ ਵੀ ਕਹਿੰਦੇ ਪੱਟਿਆ ਪਹਾੜ 'ਤੇ ਨਿਕਲਿਆ ਚੂਹਾ। ਪਹਿਲਾਂ ਤਾਂ ਮੈਨੂੰ ਸਟੇਜ ਦੇ ਥੱਲੇ ਬਿਠਾਈ ਰੱਖਿਆ, ਕੁੜਤਾ ਚਾਦਰਾ ਮੇਰੇ ਪਾਇਆ ਹੋਇਆ ਚਿੱਟਾ, ਅਤੇ ਫਰਲੇ ਵਾਲੀ ਪੱਗ ਬੰਨ੍ਹੀ ਹੋਈ, ਅਤੇ ਮਾਈਕ 'ਤੇ ਵੀ ਮੈਂ ਬਰਾਬਰ ਨਹੀਂ ਆਉਂਦਾ ਸੀ। ਪਹਿਲਾਂ ਜਿਹੜਾ ਕੁਰਸੀ ਆਪਣਾ ਮੇਜ਼ ਦਾ ਹੋਇਆ, ਮੇਜ਼ ਦੇ ਉੱਤੇ ਕੁਰਸੀ ਦੇ ਉੱਤੇ ਮੈਂ ਖੜ ਕੇ ਗਾਇਆ ਸੀ, ਹਾਂਜੀ, ਅਤੇ ਉਹਦੇ 'ਤੇ ਮਾਣਕ ਸਾਹਿਬ ਦੇ ਹੀ ਗੀਤ ਗਾਏ ਮੈਂ, ਹਾਂਜੀ। ਸੋ ਲੋਕਾਂ ਨੂੰ ਉਹਨਾਂ ਨੇ ਕਿਸੇ ਨੇ ਵੀ ਇੱਦਾਂ ਮਤਲਬ ਸ਼ਿਕਾਇਤ ਨਹੀਂ ਕੀਤੀ ਵੀ ਤੁਸੀਂ ਗਲਤ ਐਡਵਰਟਾਈਜ਼ਮੈਂਟ ਕੀਤੀ ਵੀ ਮਾਣਕ ਸਾਹਿਬ ਕਿੱਥੇ ਜਾਂ ਕੁਛ ਵੀ ਹੈ, ਅਤੇ ਉਹਨਾਂ ਨੇ ਮੇਰੇ 5-6 ਗੀਤ ਗਾਏ ਮੈਨੂੰ ਇੰਜੋਏ ਕੀਤਾ, ਔਰ ਮੈਨੂੰ 56 ਰੁਪਏ ਦਾ ਇਨਾਮ ਮਿਲਿਆ ਸੀ, ਕਿਉਂਕਿ 1-2 ਰੁਪਏ ਜਿਹਨਾਂ ਨੇ ਵੀ ਦਿੱਤੇ ਉੱਥੇ ਆਡੀਅੰਸ ਨੇ, ਉਹ ਮੈਨੂੰ ਬਹੁਤ ਵੱਡਾ ਇਨਾਮ ਲੱਗਦਾ, ਅਤੇ ਉਹ ਗੀਤ ਮੈਂ ਜ਼ਰੂਰ ਸੁਣਾਊਂਗਾ ਜੀ। ਬਿਲਕੁਲ ਜੀ ਬਿਲਕੁਲ, ਤੁਸੀਂ ਆ ਯਾਦਾਂ ਤਾਜ਼ੀਆਂ ਕਰੀਆਂ, ਸਭ ਤੋਂ ਪਹਿਲਾਂ ਦੇ ਲਈ ਧੰਨਵਾਦ। ਨਹੀਂ ਜੀ, ਬੜਾ ਵਧੀਆ ਲੱਗਦਾ ਇਹ ਗੱਲਾਂ ਕਰਕੇ। ਹੋ ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ, ਹੋ ਮਾਂ ਹੈ ਠੰਡੜੀ ਛਾਂ ਓਏ ਦੁਨੀਆ ਵਾਲਿਓ, ਹੋ ਮਾਂ ਬਿਨਾਂ ਕੋਈ ਨਾ ਲਾਡ ਲਡਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ, ਉਹ ਖੋ ਲੈਂਦੇ ਟੁੱਕ ਕਾਂ ਓਏ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਐਡਾ ਖੂਬਸੂਰਤ ਮਤਲਬ ਤੁਸੀਂ ਆਗਾਜ਼ ਕੀਤਾ ਸਾਡੇ ਇਸ ਪ੍ਰੋਗਰਾਮ ਦਾ, ਆਪਣੀ ਇਸ ਗਾਇਕੀ ਨਾਲ, ਇਸ ਗਾਣੇ ਦੇ ਨਾਲ, ਖਾਸ ਤੌਰ 'ਤੇ ਮਾਣਕ ਸਾਹਿਬ ਦੀ ਯਾਦ ਵੀ ਤਾਜ਼ਾ ਹੋ ਗਈ ਹੈ। ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਹਾਲੇ ਤਾਂ ਸਿਰਫ ਆਗਾਜ਼ ਹੋਇਆ ਜੀ ਸਾਡੇ ਇਸ PTC ਸ਼ੋਕੇਸ ਦਾ, ਇਹਨਾਂ ਦੋ ਖੂਬਸੂਰਤ ਕਲਾਕਾਰਾਂ ਦੇ ਨਾਲ, ਅਤੇ ਗੱਲ ਆਪਾਂ ਕਰਾਂਗੇ ਅਗਲੇ ਸੈਗਮੈਂਟ ਦੇ ਵਿੱਚ ਇਹਨਾਂ ਦੇ ਨਵੇਂ ਟਰੈਕ ਡੋਲਰ ਦੇ ਬਾਰੇ। ਤੁਸੀਂ ਕਿਤੇ ਨਾ ਜਾਇਓ ਜੀ, ਬਸ ਪਿਆਰੀ ਜੀ ਬ੍ਰੇਕ, ਫਿਰ ਮਿਲਦੇ ਹਾਂ ਆਪਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਬੇਲੀਓ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। PTC ਸ਼ੋਕੇਸ ਤੁਸੀਂ ਵੇਖ ਰਹੇ ਹੋ, ਅਤੇ ਆਪਾਂ ਮੁਲਾਕਾਤ ਕਰ ਰਹੇ ਹਾਂ ਕਰਮਜੀਤ ਅਨਮੋਲ ਬਾਈ ਨਾਲ ਅਤੇ ਨਿਸ਼ਾ ਬਾਨੂ ਜੀ ਨਾਲ। ਨਿਸ਼ਾ ਜੀ, ਕਰਮਜੀਤ ਭਾਈ ਤੋਂ ਆਪਾਂ ਗੀਤ ਸੁਣ ਚੁੱਕੇ ਹਾਂ, ਹਾਲਾਂਕਿ ਆਪਾਂ ਹੁਣ ਡੋਲਰ ਗੀਤ ਦੀ ਵੀ ਗੱਲ ਕਰਨੀ, ਜਿੱਦਾਂ ਕਿ ਮੈਂ ਬ੍ਰੇਕ ਤੋਂ ਪਹਿਲਾਂ ਕਿਹਾ ਸੀ, ਪਰ ਤੁਸੀਂ ਐਜ਼ ਅ ਪਰਫੋਰਮਰ, ਪ੍ਰੋਫੈਸ਼ਨਲ ਪਰਫੋਰਮਰ, ਸਟੇਜ 'ਤੇ ਪਹਿਲਾ ਗਾਣਾ ਕਿਹੜਾ ਪਰਫੋਰਮ ਕੀਤਾ ਸੀਗਾ? ਪਹਿਲਾ ਗਾਣਾ ਜੀ ਸਾਡਾ ਸ਼ੋਅ ਹੀ ਸੀਗਾ ਇਕੱਠਿਆਂ ਦਾ, ਦੂਰਦਰਸ਼ਨ ਦੇ ਉੱਪਰ ਅਸੀਂ ਫਸਟ ਟਾਈਮ ਮਤਲਬ ਕੀਤਾ ਸੀ ਸਾਡੀ ਜੋੜੀ ਨੇ ਪਰਫੋਰਮ, ਓਕੇ, ਅਤੇ ਬੜਾ ਵਧੀਆ ਐਕਸਪੀਰੀਅੰਸ ਸੀ। ਉਸ ਟਾਈਮ ਮੇਰੀ ਸਿੰਗਿੰਗ ਨਹੀਂ ਸੀ, ਸੁਦੇਸ਼ ਕੁਮਾਰੀ ਜੀ ਨੇ ਸਿੰਗ ਕੀਤੇ ਹੋਏ ਗਾਣੇ ਸੀਗੇ, ਅਤੇ ਮੈਂ ਉਹਦੇ ਉੱਪਰ ਪਰਫੋਰਮ ਕੀਤਾ ਸੀਗਾ, ਅਤੇ ਮੈਨੂੰ ਯਾਦ ਹੈ ਹਲੇ ਵੀ ਕਿ ਜਿਹੜਾ ਗਾਣਾ ਮੈਂ ਪਰਫੋਰਮ ਕਰ ਰਹੀ ਸੀ, ਯਾਦ ਕਰਕੇ ਗਈ ਸੀ ਮੇਰੇ ਅਸਲ ਕਰਕੇ, ਉਹ ਸਾਡਾ ਪਲੇਅ ਨਹੀਂ ਹੋਇਆ, ਗਾਣਾ ਇੱਕ ਹੋਰ ਪਲੇਅ ਕਰਨਾ ਪਿਆ ਜਿਹੜਾ ਮੈਂ ਉੱਥੇ ਫਸਟ ਟਾਈਮ ਸੁਣਿਆ ਸੀ, ਅਤੇ ਮੈਨੂੰ ਸਿੰਕ ਯਾਦ ਨਹੀਂ ਸੀ, ਮੈਂ ਚੂੜੀਆਂ ਨਾਲ ਹੀ ਆਪਣਾ ਫੇਸ ਕਵਰ ਕਰਕੇ ਪਰਫੋਰਮ ਕਰ ਰਹੀ ਸੀ ਕਿ ਮੇਰੇ ਸਿੰਕ ਨਾ ਮਿਲਣ, ਫਸਟ ਪਰਫੋਰਮੈਂਸ ਉਹ ਸੀ, ਅਤੇ ਸਿੰਗਿੰਗ ਜਿੱਦਾਂ ਕਹਿ ਦਈਏ ਉਸ ਤੋਂ ਬਾਅਦ ਸਾਡੇ ਸ਼ੋਅ ਚੱਲਦੇ ਰਹੇ ਜਿੱਦਾਂ, ਫਿਰ ਸਿੰਗਿੰਗ ਦੇ ਸ਼ੋਅ ਹਲੇ ਤੱਕ ਬਰਕਰਾਰ ਨੇ ਜੀ ਕਰ ਰਹੇ ਹਾਂ। ਕਿਆ ਬਾਤ ਹੈ। ਅੱਛਾ, ਪਹਿਲਾ ਗੀਤ ਜਿੱਦਾਂ ਕਿ ਭਾਈ ਨੇ ਦੱਸਿਆ ਕਿ ਮਾਣਕ ਸਾਹਿਬ ਦਾ ਉਹ ਗੀਤ ਸੀਗਾ ਜਿਹੜਾ ਇਹਦੀ ਰੂਹ ਵਿੱਚ ਵਸਿਆ ਵਾ, ਇੱਦਾਂ ਦਾ ਤੁਹਾਡੀ ਰੂਹ ਵਿੱਚ ਕੋਈ ਵਸਿਆ ਹੋਇਆ ਗੀਤ ਜਿਹੜਾ ਆਪਣੇ ਫੈਨਸ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੁਸੀਂ?
ਮੇਰਾ ਪੁੱਛ ਰਹੇ ਹੋ ਜਾਂ ਕਿਸੇ ਮੇਰਾ ਪੁੱਛ ਰਹੇ ਹਾਂ ਨਹੀਂ ਮੈਂ ਜਿਹੜਾ ਤੁਸੀਂ ਮਤਲਬ ਲਾਈਕ ਕਰਦੇ ਹੋ ਕਿਸੇ ਦਾ ਵੀ ਗਾਇਆ ਲਾਈਕ ਤਾਂ ਦੇਖੋ ਮੈਂ ਕਰਦੀ ਆ ਯਾਰਾ ਵੇ ਵਾਲਾ ਗਾਣਾ ਹੀ ਹੈ ਨਾ ਕਰਮਜੀਤ ਸਰ ਦਾ ਹੀ ਜੀ ਜੀ ਤੇ ਜੇ ਮੇਰਾ ਪੁੱਛ ਰਹੇ ਹੋ ਤਾਂ ਮੇਰਾ ਇੱਕ ਟਰੈਕ ਆਇਆ ਸੀ ਵਿਸਾਖੀ ਦੇ ਉੱਪਰ ਫੋਕ ਸੌਂਗ ਸੀ ਹਾੜੀ ਸੋਹਣੀ ਉਹ ਮੈਨੂੰ ਮੇਰਾ ਟਰੈਕ ਉਹ ਜ਼ਿਆਦਾ ਅੱਛਾ ਲੱਗਦਾ ਤੇ ਫਿਰ ਉਹੀ ਹੋ ਜਾਏ ਫਿਰ ਹੋਰ ਕੀ ਹੈ ਹਾਂ ਜੀ ਕਿਉਂਕਿ ਤੁਹਾਡੀ ਆਵਾਜ਼ ਜਿਹੜੇ ਇਸ ਸ਼ੋਅ ਦੇ ਦੌਰਾਨ ਪਹਿਲਾਂ ਪਹੁੰਚੇ ਫਿਰ ਆਪਾਂ ਇਕੱਠੇ ਵੀ ਸੁਣਾਂਗੇ ਆਵਾਜ਼ ਹਾੜੀ ਸੋਹਣੀ ਵਿੱਚ ਵਟ ਖਾ ਗਿਆ ਕੀਤਾ ਸਾਡੇ ਨਾਲ ਧੋਖਾ ਹਾੜੀ ਸੋਹਣੀ ਵਿੱਚ ਵਟ ਖਾ ਗਿਆ ਕੀਤਾ ਸਾਡੇ ਨਾਲ ਧੋਖਾ ਨਹੀਂ ਉਹ ਕੁਝ ਲੈ ਕੇ ਦੇਣਾ ਮਰਜ਼ੀ ਤੇਰੀ ਵੇ ਮੈਂ ਤਾਂ ਮੁੜ ਮੁੜ ਕੇ ਨੀ ਕਹਿਣਾ ਵੇ ਆਉਂਦੇ ਸਾਲ ਕਣਕਾਂ ਦੀ ਮੈਂ ਰਾਖੀ ਨੀ ਬਹਿਣਾ ਵੇ ਆਉਂਦੇ ਸਾਲ ਕਣਕਾਂ ਦੀ ਮੈਂ ਰਾਖੀ ਨੀ ਬਹਿਣਾ ਵੇ ਆਉਂਦੇ ਸਾਲ ਕਣਕਾਂ ਦੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਲਓ ਜੀ ਹੁਣ ਤੁਹਾਡੇ ਦੋਨਾਂ ਦੀ ਆਵਾਜ਼ਾਂ ਵੱਖਰੀਆਂ ਵੱਖਰੀਆਂ ਪਹੁੰਚ ਗਈਆਂ ਨੇ ਤਾਂ ਹੁਣ ਕਲੈਕਟਿਵਲੀ ਇਹ ਆਵਾਜ਼ ਡਾਲਰ ਦੇ ਰਾਹੀਂ ਮਤਲਬ ਆਪਾਂ ਸੁਣਾਂਗੇ ਬਹੁਤ ਜਲਦੀ ਕਿ ਨਹੀਂ ਸਾਰਿਆਂ ਨੂੰ ਸੁਣਾਵਾਂਗੇ ਇੰਤਜ਼ਾਰ ਕਰੋ ਬਾਈ ਹੈ ਸਾਰਿਆਂ ਨੂੰ ਗਾਣੇ ਸੁਣਾਏ ਜਾ ਰਹੇ ਨੇ ਅੱਛਾ ਫਿਲਹਾਲ ਇਹ ਗਿਆ ਕਿ ਤੁਸੀਂ ਇਕੱਠਿਆਂ ਨੇ ਕਾਫੀ ਡਿਊਟ ਸੌਂਗ ਗਾਏ ਨੇ ਕਿ ਨਹੀਂ ਹਾਂਜੀ ਅਤੇ ਹੁਣ ਤੱਕ ਦੀ ਜਦੋਂ ਸਟੇਜ ਪਰਫਾਰਮੈਂਸ ਕਿਉਂਕਿ ਇੱਕ ਸਟੇਜ 'ਤੇ ਮੇਰੇ ਖਿਆਲ 'ਚ ਵੱਖਰਾ ਲੁਤਫ ਹੁੰਦਾ ਬਿਲਕੁਲ ਆਡੀਅੰਸ ਨਾਲ ਇੰਟਰੈਕਟ ਕਰਨਾ ਇੱਕ ਜਦੋਂ ਐਸਿਡ ਰਿਕਾਰਡਿੰਗ ਹੁੰਦੀ ਉਹ ਇੱਕ ਵੱਖਰਾ ਨਜ਼ਾਰਾ ਅਤੇ ਜਿਹੜੀ ਜ਼ਬਰਦਸਤ ਤਗੜੀ ਪਰਫਾਰਮੈਂਸ ਤੁਹਾਡੀ ਹੁਣ ਤੱਕ ਦੀ ਤੁਹਾਨੂੰ ਲੱਗਦਾ ਕਿਹੜੇ ਗਾਣੇ ਦੇ ਥਰੂ ਨਿਕਲ ਕੇ ਆਈ ਆ ਤਕਰੀਬਨ ਜਿੰਨੇ ਵੀ ਅਸੀਂ ਡੋਟ ਸੌਂਗ ਗਾਉਂਦੇ ਹਾਂ ਬਹੁਤ ਵਧੀਆ ਰਹਿੰਦੇ ਕਿਉਂਕਿ ਲੋਕ ਬਹੁਤ ਪਿਆਰ ਕਰਦੇ ਆ ਖਾਸ ਕਰਕੇ ਪਿੰਡਾਂ ਦੇ ਵਿੱਚ ਡਿਊਟ ਨੂੰ ਜੀ ਹੈ ਨਾ ਕਈ ਵਾਰੀ ਤਾਂ ਇਹ ਹੁੰਦਾ ਵੀ ਜਦੋਂ ਪੁਰਾਣੇ ਸਮੇਂ ਹੁੰਦੇ ਸੀ ਮੈਂ ਪੁਰਾਣੇ ਸਮੇਂ ਦੀ ਗੱਲ ਦੱਸਦਾ ਸੁਰਿੰਦਰ ਕੌਰ ਜੀ ਨੇ ਗਾਉਣਾ ਸ਼ੁਰੂ ਕੀਤਾ ਸੀ ਜਦੋਂ ਹਾਂਜੀ ਉਸ ਤੋਂ ਪਹਿਲਾਂ ਮੇਰਾ ਖਿਆਲ ਨਹੀਂ ਵੀ ਪੰਜਾਬੀ ਦੇ ਵਿੱਚ ਕੋਈ ਕੁੜੀ ਗਾਉਂਦੀ ਹੋਣੀ ਜੀ ਉਦੋਂ ਮਤਲਬ ਜਦੋਂ ਸੁਰਿੰਦਰ ਕੌਰ ਜੀ ਆਉਂਦੇ ਸੀ ਤਾਂ ਐਂ ਕਹਿੰਦੇ ਸੀ ਯਾਰ ਸਲਿੰਦਰਾਂ ਕਹਿੰਦੇ ਹੁੰਦੇ ਸੀ ਉਹਨੂੰ ਕਹਿੰਦੇ ਮੈਂ ਸੁਣਿਆ ਬਜ਼ੁਰਗਾਂ ਤੋਂ ਗੱਲਾਂ ਵੀ ਸਲਿੰਦਰਾਂ ਨੇ ਆਉਣਾ ਅਤੇ ਕਹਿੰਦੇ ਵੀ ਸੱਚੀ ਮਿੱਚੀ ਦੀ ਕੁੜੀ ਗਾਉਂਦੀ ਹੈ ਕਿਉਂਕਿ ਪਹਿਲਾਂ ਡਰਾਮਾ ਡਰੂਮੇ 'ਚ ਮੁੰਡੇ ਕੁੜੀਆਂ ਬਣ ਕੇ ਗਾਉਂਦੇ ਹੁੰਦੇ ਸੀ ਜਾਂ ਡਰਾਮਿਆਂ 'ਚ ਵੀ ਈਵਨ ਫਿਲਮਾਂ ਦੇ ਵਿੱਚ ਵੀ ਇੱਦਾਂ ਕੰਮ ਕਰਦੇ ਹੁੰਦੇ ਸੀ ਕਹਿੰਦੇ ਮੁੰਡੇ ਕੁੜੀਆਂ ਬਣ ਕੇ ਮਤਲਬ ਇਹ ਕਰੈਸਟੀ ਹੁੰਦੀ ਸੀਗੀ ਕਿ ਉਹਦੇ 'ਚ ਸੱਚੀ ਮਿੱਚੀ ਗਾਉਣ ਵਾਲੀ ਕਹਿੰਦੇ ਕੁੜੀ ਗਾਉਂਦੀ ਹੈ ਹੈ ਨਾ ਅਤੇ ਫਿਰ ਜਦੋਂ ਅਖਾੜਿਆਂ ਦਾ ਵੇਲਾ ਆਇਆ ਜਿਹੜੇ ਖੁੱਲ੍ਹੇ ਅਖਾੜੇ ਜਿਵੇਂ ਸਦੀਕ ਸਾਹਿਬ ਦੀਦਾਰ ਸੰਧੂ ਜੀ ਮਾਣਕ ਸਾਹਿਬ ਹੈ ਨਾ ਅਤੇ ਜਦੋਂ ਵੀ ਗੱਡੀ ਮਤਲਬ ਟੂਰਨਾਮੈਂਟ ਵਾਲੀ ਸਾਈਡ ਨੂੰ ਜਾਂ ਅਖਾੜੇ ਵਾਲੀ ਸਾਈਡ ਨੂੰ ਆਉਂਦੀ ਤਾਂ ਲੋਕਾਂ ਨੇ ਭੱਜ ਕੇ ਕਹਿਣਾ ਆ ਗਈ ਓਏ ਜਿਹਦੇ ਨਾਲ ਨਹੀਂ ਵੀ ਗਾਉਣ ਵਾਲੀ ਹੁੰਦੀ ਸੀ ਉਹਨੂੰ ਵੀ ਕਹੀ ਜਾਂਦੇ ਆ ਗਈ ਓਏ ਮਤਲਬ ਇਹ ਕਹਿੰਦੇ ਸੀ ਵੀ ਗਾਉਣ ਵਾਲੀ ਲੱਗਣੀ ਗਾਉਣ ਵਾਲੇ ਦਾ ਨਾਂ ਘੱਟ ਸੀ ਸੋ ਇਸ ਕਰਕੇ ਵੀ ਲੇਡੀ ਨੂੰ ਬਹੁਤ ਪਸੰਦ ਕਰਦੇ ਨੇ ਜੀ ਖਾਸ ਕਰਕੇ ਡਿਊਟ ਸੌਂਗ ਜਿਹੜੇ ਆ ਪਿੰਡਾਂ ਦੇ ਵਿੱਚ ਤਕਰੀਬਨ ਜਿੰਨੇ ਵੀ ਅਸੀਂ ਗਾਉਂਦੇ ਹਾਂ ਕਈ ਵਾਰੀ ਚਮਕੀਲੇ ਦੇ ਗੀਤਾਂ ਦੀ ਵੀ ਫਰਮਾਇਸ਼ ਆ ਜਾਂਦੀ ਹੈ ਜੀ ਉਹ ਵੀ ਚੱਕ ਦੇਈ ਦੀ ਹੈ ਵਿੱਚ ਹੀ ਸਹੀ ਗੱਲ ਹੈ ਸਹੀ ਗੱਲ ਜਦੋਂ ਹੋਈ ਆ ਵੀ ਅਖਾੜਾ ਪੱਖਿਆ ਆਉਂਦਾ ਫਿਰ ਤਾਂ ਸਭ ਚੱਲਦਾ ਹੈ ਸੋ ਜਿੰਨੇ ਵੀ ਡਿਊਟ ਸੌਂਗ ਗਾਉਂਦੇ ਅਸੀਂ ਵਧੀਆ ਰਿਸਪੌਂਸ ਮਿਲਦਾ ਤਕਰੀਬਨ ਕੀ ਬਾਤ ਹੈ ਕੀ ਅੱਛਾ ਤੇ ਡਾਲਰ ਜਿਹੜਾ ਆਪਣਾ ਹੁਣ ਲੇਟੈਸਟ ਟਰੈਕ ਆਇਆ ਤਾਂ ਨਿਸ਼ਾ ਜੀ ਤੁਸੀਂ ਫਿਰ ਇਹਦਾ ਪਾਰਟ ਕਿੱਦਾਂ ਬਣੇ ਤੇ ਮਤਲਬ ਇਹ ਤਾਂ ਉਹਨਾਂ ਦੇ ਨਾਲ ਤੁਸੀਂ ਹੁਣ ਹੈਗੀ ਐਸੋਸੀਏਟ ਤਾਂ ਕਿ ਉਹੀ ਕਾਰਨ ਸੀਗਾ ਜੋ ਕਿ ਹੋਰ ਵੀ ਕਾਰਨ ਸੀ ਵੀ ਆਪਾਂ ਵੀ ਨਹੀਂ ਐਕਚੁਅਲੀ ਗੱਲ ਇਹ ਸੀ ਕਿ ਜਦੋਂ ਇਹ ਸੌਂਗ ਡਿਸਕਸ ਹੋ ਰਿਹਾ ਸੀ ਹਾਂਜੀ ਤਾਂ ਥੋੜਾ ਜਿਹਾ ਸਾਰੀ ਮਤਲਬ ਟੀਮ ਨੇ ਪਲਾਨ ਕੀਤਾ ਕਿ ਥੋੜਾ ਜਿਹਾ ਇਹਨੂੰ ਅਲੱਗ ਬਣਾਇਆ ਜਾਵੇ ਓਕੇ ਤਾਂ ਸਿਮਰ ਗੁਰਾਇਆ ਜਿਹੜਾ ਜੀ ਸਿਮਰਨ ਗੁਰਾਇਆ ਜਿਹੜਾ ਮਿਊਜ਼ਿਕ ਡਾਇਰੈਕਟਰ ਆ ਉਹਦੇ ਰਾਈਟਰ ਵੀ ਨੇ ਉਹ ਔਰ ਮਿਊਜ਼ਿਕ ਡਾਇਰੈਕਟਰ ਵੀ ਨੇ ਉਹਨਾਂ ਨੇ ਮਤਲਬ ਬੜਾ ਵਧੀਆ ਇੱਕ ਬੀਟ ਬਣਾਈ ਇਸ ਗਾਣੇ ਦੀ ਹੈ ਨਾ ਬਹੁਤ ਸੋਹਣਾ ਲੱਗਿਆ ਇੱਕ ਸਿੰਗਰ ਹੈ ਜੀ ਮੇਰੇ ਨਾਲ ਹੀ ਹੁੰਦੇ ਮੁੰਡਾ ਭਰਾ ਹੀ ਆਪਣਾ ਸਮੀਰ ਮਾਹੀ ਉਹ ਟਰੈਕ ਲੈ ਕੇ ਆਇਆ ਮੇਰੇ ਕੋਲ ਅਤੇ ਉਹ ਕਹਿੰਦਾ ਵੀ ਭਾਜੀ ਆਹ ਗਾਣਾ ਤੁਸੀਂ ਕਰੋ ਵੀ ਉਹ ਬੰਦੇ ਨੇ ਬਣਾਇਆ ਮੈਂ ਸੁਣਿਆ ਔਰ ਮੈਨੂੰ ਇਹ ਲੱਗਿਆ ਵੀ ਚਲੋ ਠੀਕ ਹੈ ਥੋੜ੍ਹਾ ਜਿਹਾ ਵੀ ਇੱਦਾਂ ਕਰਕੇ ਵੀ ਨਾਲੇ ਨਿਸ਼ਾ ਜੀ ਵੀ ਵਿੱਚ ਹੋ ਜਾਣਗੇ ਅਤੇ ਇਹਨਾਂ ਦਾ ਪਾਰਟ ਅਸੀਂ ਦੁਆਰਾ ਫਿਰ ਮੇਰਾ ਮਤਲਬ ਕ੍ਰੀਏਟ ਕਰ ਲਿਆ ਕ੍ਰੀਏਟ ਕਰ ਲਿਆ ਵਿੱਚ ਹਾਂ ਅਤੇ ਉਹ ਵਧੀਆ ਬੜੀ ਸੋਹਣੀ ਬੀਟ ਬਣੀ ਹੈ ਜੀ ਉਹਦੀ ਅਤੇ ਉਹ ਜਦੋਂ ਇਹਨਾਂ ਦਾ ਪਾਰਟ ਕੀਤਾ ਉਹ ਹੋਰ ਵੀ ਖੂਬਸੂਰਤ ਬਣ ਗਿਆ ਗਾਣਾ ਤਾਂ ਇਸ ਕਰਕੇ ਇਹਨਾਂ ਨੂੰ ਮਤਲਬ ਉਹਦੇ ਵਿੱਚ ਰੱਖਿਆ ਗਿਆ ਮਤਲਬ ਇਹ ਕਹਿ ਸਕਦੇ ਹਾਂ ਕਿ ਹੁਣ ਡਾਲਰ ਵਾਲਾ ਗੀਤ ਗਾ ਕੇ ਤੁਸੀਂ ਪੈਸੇ ਨੋਟ ਮਾਰਦੇ ਨੇ ਹਿੰਦੁਸਤਾਨੀ ਬਿਲਕੁਲ ਜੀ ਨੋਟ ਇਕੱਠੇ ਕਰਨੇ ਹੁਣ ਡਾਲਰ ਇਕੱਠੇ ਕਰ ਲਏ ਲਓ ਜੀ ਡਾਲਰਾਂ ਤੋਂ ਦੁਗਣੀ ਤਿਗਣੀ ਕਮਾਈ ਹੋ ਰਹੀ ਹੈ ਲੋਕੀ ਕਹਿੰਦੇ ਡਾਲਰ ਉਰੇ ਆ ਕੇ 50-60 ਰੁਪਏ ਦਾ ਵਿਕਦਾ ਤਾਂ ਇੱਥੋਂ ਦੁਗਣੀ ਤਿਗਣੀ ਕਮਾਈ ਆਪਾਂ ਕਰ ਰਹੇ ਨੇ ਅਤੇ ਮੈਂ ਚਾਹੁੰਦਾ ਕਿ ਹੁਣ ਆਪਾਂ ਤੁਹਾਡੇ ਦੋਨਾਂ ਦੀ ਮੈਂ ਕੀ ਸਾਰੇ ਜਣੇ ਚਾਹੁੰਦੇ ਹੋਣੇ ਆ ਕਿ ਤੁਹਾਡੇ ਦੋਨਾਂ ਦੀ ਜਿਹੜੀ ਡਿਊਟ ਸਿੰਗਿੰਗ ਆ ਉਹਦਾ ਵੀ ਨਜ਼ਾਰਾ ਆਪਾਂ ਲੁੱਟੀਏ ਇੱਥੇ ਬਿਲਕੁਲ ਜੀ ਹਾਂਜੀ ਇਹ ਡਾਲਰ ਹੀ ਸੁਣਾ ਦਿੰਦੇ ਹਾਂ ਹਾਂਜੀ ਤੁਹਾਨੂੰ ਉਹ ਨੋਟਾਂ ਦਾ ਬਰਾ ਦੂੰ ਅੱਜ ਮੀ ਨਖਰੋ ਨੋਟਾਂ ਦਾ ਬਰਾ ਦੂੰ ਅੱਜ ਮੀ ਨਖਰੋ ਨੱਚ ਨੱਚ ਧਰਤੀ ਤੇ ਟੋਏ ਪੈਣ ਦੇ ਡਾਲਰਾਂ ਨਾ ਤੋਲ ਦੂੰ ਮੈਂ ਤੈਨੂੰ ਸੋਹਣੀਏ ਇੱਕ ਗੇੜਾ ਹੋਰ ਦੇ ਦੇ ਸਾਡੇ ਕਹਿਣ ਤੇ ਡਾਲਰਾਂ ਨਾ ਤੋਲ ਦੂੰ ਮੈਂ ਤੈਨੂੰ ਸੋਹਣੀਏ ਇੱਕ ਗੇੜਾ ਹੋਰ ਦੇ ਦੇ ਸਾਡੇ ਕਹਿਣ ਤੇ ਡਾਲਰਾਂ ਦੀ ਕਿਹੜੀ ਗੱਲ ਚੰਨ ਮੱਖਣਾ ਮੈਂ ਤਾਂ ਦੱਸ ਗੇੜੇ ਹੋਰ ਦੇ ਦਾਂ ਤੇਰੇ ਕਹਿਣ ਤੇ ਡਾਲਰਾਂ ਦੀ ਕਿਹੜੀ ਗੱਲ ਚੰਨ ਮੱਖਣਾ ਮੈਂ ਤਾਂ ਦੱਸ ਗੇੜੇ ਹੋਰ ਦੇ ਦਾਂ ਤੇਰੇ ਕਹਿਣ ਤੇ
ਜੀ ਨਹੀਂ ਕਰ ਰਿਹਾ ਸੀ ਬਸ ਕਰੀ ਇੱਥੇ ਕਿ ਤਾਂ ਸਵਾਦ ਆ ਰਿਹਾ ਸੀਗਾ ਡਾਲਰ ਖੇਡਣ ਨਾ ਜਾਣਾ ਮੈਂ ਬਸ ਵੈਲ ਦੋਸਤੋ ਡਾਲਰ ਆਪਾਂ ਖੇਡਣ ਨਹੀਂ ਦੇਣੇ ਹੈਗੇ ਅਤੇ ਇਹ ਮੁਲਾਕਾਤ ਇਸੇ ਤਰ੍ਹਾਂ ਖੂਬਸੂਰਤੀ ਨਾਲ ਚੱਲਦੀ ਰਹੇਗੀ ਤੁਸੀਂ ਇਸ ਮਾਹੌਲ ਅਤੇ ਇਸ ਇੰਟਰਵਿਊ ਨੂੰ ਛੱਡ ਕੇ ਕਿਧਰੇ ਨਾ ਜਾਇਓ ਜੀ ਇੱਕ ਨਿੱਕੀ ਜਿਹੀ ਹੋਰ ਬ੍ਰੇਕ ਲੈਂਦੇ ਹਾਂ ਮਿਲਦੇ ਜੀ ਆਪਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀ ਟੀ ਸੀ ਸ਼ੋਅ ਕੇ ਤੁਸੀਂ ਵੇਖ ਰਹੇ ਹੋ ਅਤੇ ਮੁਲਾਕਾਤ ਆਪਾਂ ਕਰ ਰਹੇ ਹਾਂ ਜੀ ਦ ਚਾਮਿੰਗ ਪਰਸਨੈਲਿਟੀ ਦ ਲੱਕੀ ਚਾਮ ਆਫ ਪੰਜਾਬੀ ਫਿਲਮ ਇੰਡਸਟਰੀ ਕਰਮਜੀਤ ਅਨਮੋਲ ਜੀ ਅਤੇ ਨਿਸ਼ਾ ਬਾਨੋ ਜੀ ਅਤੇ ਹੁਣ ਗੱਲ ਇੱਦਾਂ ਕਿ ਮੈਂ ਥੋੜ੍ਹਾ ਜਿਹਾ ਪਰਸਨਲ ਵੀ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਨਹੀਂ ਨਿਸ਼ਾ ਬਾਨੋ ਜੀ ਤੁਹਾਨੂੰ ਮੈਂ ਪੁੱਛਣਾ ਚਾਹੂੰਗਾ ਕਿ ਤੁਸੀਂ ਬਹੁਤ ਸ਼ੋਜ਼ ਇਕੱਠੇ ਕੀਤੇ ਨੇ ਡਿਊਟ ਸਿੰਗਿੰਗ ਇਕੱਠੇ ਕੀਤੀ ਹੈ ਭਾਅ ਜੀ ਦਾ ਸਭ ਤੋਂ ਫੇਵਰੇਟ ਇਹਨਾਂ ਦਾ ਗਾਇਆ ਵਾ ਤੁਹਾਡਾ ਕਿਹੜਾ ਫੇਵਰੇਟ ਸੌਂਗ ਹੈ ਮੇਰਾ ਫੇਵਰੇਟ ਵੈਸੇ ਤਾਂ ਯਾਰਾ ਵੇ ਹੈ ਪਰ ਇਹਨਾਂ ਦਾ ਇੱਕ ਗਾਣਾ ਆਇਆ ਸੀ ਜੀ ਗੋਰਿਆਂ ਨੂੰ ਦਫਾ ਕਰੋ ਦੇ ਵਿੱਚ ਮੋਰਾ ਮੋਰਾ ਹਰ ਕੁੜੀ ਦਾ ਹਰ ਲੇਡੀਜ਼ ਦਾ ਬਹੁਤ ਹੀ ਫੇਵਰੇਟ ਸੌਂਗ ਆ ਤੇ ਮੇਰਾ ਵੀ ਬਹੁਤ ਜ਼ਿਆਦਾ ਫੇਵਰੇਟ ਸੌਂਗ ਹੈ ਮੈਂ ਕਹੂੰਗੀ ਵੀ ਤੁਸੀਂ ਇਹਨਾਂ ਤੋਂ ਦੋ ਲਾਈਨਾਂ ਜ਼ਰੂਰ ਹਾਏ ਕੀ ਬਾਤ ਹੈ ਆ ਤਾਂ ਤੁਸੀਂ ਦਿਲ ਦੀ ਗੱਲ ਕਹਿਤੀ ਹੈ ਭਾਜੀ ਫਿਰ ਇਹ ਲੇਡੀਜ਼ ਦਾ ਫੇਵਰੇਟ ਇਸ ਕਰਕੇ ਜੀ ਕਿਉਂਕਿ ਇਹ ਫੋਕ ਸੌਂਗ ਹੈ ਜੀ ਫੋਕ ਸੌਂਗ ਵੀ ਸੁਹਾਗ ਜਿਹਨੂੰ ਕਹਿੰਦੇ ਆ ਕਿਉਂਕਿ ਕੁੜੀਆਂ ਦੇ ਵਿਆਹਾਂ 'ਚ ਸੁਹਾਗ ਗਾਏ ਜਾਂਦੇ ਆ ਹਾਂਜੀ ਮੁੰਡਿਆਂ ਦੇ ਵਿਆਹਾਂ 'ਚ ਘੋੜੀਆਂ ਘੋੜੀਆਂ ਗਾਈਆਂ ਜਾਂਦੀਆਂ ਬਿਲਕੁਲ ਅਤੇ ਇਹ ਸੁਹਾਗ ਹੈ ਜੀ ਇੱਕ ਫੋਕ ਸੌਂਗ ਔਰ ਗੋਰਿਆਂ ਨੂੰ ਦਫਾ ਕਰੋ ਮੂਵੀ ਦੇ ਵਿੱਚ ਇਹ ਗਾਣਾ ਕੀਤਾ ਸੀ ਪਰ ਉਹਦੇ 'ਚ ਵੀਡੀਓ ਬਹੁਤ ਘੱਟ ਫਿਲਮਾਇਆ ਗਿਆ ਸੀਗਾ ਜੀ ਅਤੇ ਬਟ ਗੀਤ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਮੈਂ ਸੁਣਾਉਂਦਾ ਤੁਹਾਨੂੰ ਮੋਰਨ ਦੇ ਕਾਰਨ ਨੀ ਮੈਂ ਕੈਂਠਾ ਕੜਾਉਣੀਆਂ ਮੋਰਨ ਦੇ ਕਾਰਨ ਨੀ ਮੈਂ ਕੈਂਠਾ ਕੜਾਉਣੀਆਂ ਕੈਂਠਾ ਪਹਿਨਣ ਦੇ ਵੇਲੇ ਵੇ ਹੰਡਾਵਣ ਦੇ ਵੇਲੇ ਕੈਂਠਾ ਪਹਿਨਣ ਦੇ ਵੇਲੇ ਵੇ ਹੰਡਾਵਣ ਦੇ ਵੇਲੇ ਕਿਉਂ ਉੱਡ ਜਾਣੇ ਵੇ ਮੋਰਾ ਮੋਰਾ ਕਿਉਂ ਉੱਡ ਜਾਣੇ ਵੇ ਮੋਰਾ ਤੇਰੀਆਂ ਸੋਹਣੀਆਂ ਅੱਖੀਆਂ ਵੇ ਤੇਰੀਆਂ ਡੂੰਘੀਆਂ ਰਮਜ਼ਾਂ ਤੇਰੀਆਂ ਸੋਹਣੀਆਂ ਅੱਖੀਆਂ ਵੇ ਤੇਰੀਆਂ ਡੂੰਘੀਆਂ ਰਮਜ਼ਾਂ ਨੇ ਮੈਂ ਮੋਲੀ ਵੇ ਮੋਰਾ ਮੋਰਾ ਹਾਏ ਮੈਂ ਮੋਲੀ ਵੇ ਮੋਰਾ ਹਾਏ ਮੈਂ ਮੋਲੀ ਵੇ ਮੋਰਾ ਕਿਆ ਬਾਤ ਜੀ ਕਿਆ ਬਾਤ ਮੈਂ ਹੁਣ ਕੀ ਕਹਾਂ ਇਹਦੇ ਬਾਰੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਖੋ ਗਿਆ ਸੀ ਸੱਚੀ ਦੱਸ ਰਿਹਾ ਭਾਅ ਜੀ ਇੱਕ ਸਵਾਲ ਆ ਰਿਹਾ ਮਨ ਦੇ ਵਿੱਚ ਕਿ ਤੁਸੀਂ ਸਿੰਗਿੰਗ ਤੋਂ ਸ਼ੁਰੂਆਤ ਜਿੱਦਾਂ ਕੀਤੀ ਸੀ ਕਿ ਨਹੀਂ ਫਿਰ ਐਕਟਿੰਗ ਵੱਲ ਹੈ ਐਕਟਿੰਗ ਤੁਹਾਡਾ ਨਾਮ ਪਹਿਲਾਂ ਬਣ ਗਿਆ ਬਿਲਕੁਲ ਸਿੰਗਿੰਗ 'ਚ ਬਾਅਦ 'ਚ ਆ ਕੇ ਬਣਿਆ ਤਾਂ ਜਿਹੜੀ ਇਹ ਅੰਦਰ ਅੱਗ ਸੀਗੀ ਕਿ ਨਹੀਂ ਇਹ ਅੰਦਰ ਜਿਹੜਾ ਇੱਕ ਜੋਸ਼ ਹੈ ਜਨੂੰਨ ਸੀਗਾ ਬਿਲਕੁਲ ਉਹ ਸੁਲਗਦੀ ਰਹੀ ਜੀ ਉਹ ਸੁਲਗਦੀ ਰਹੀ ਕਿ ਨਹੀਂ ਅਤੇ ਹੁਣ ਜਦੋਂ ਆ ਕੇ ਇਹ ਪਰਮਾਤਮਾ ਦੀ ਮਿਹਰ ਰਹੀ ਹੈ ਸਾਰਾ ਤੁਹਾਨੂੰ ਸਾਰੇ ਸਰਾਉਣ ਲੱਗ ਗਏ ਨੇ ਤੁਹਾਡੀ ਸਿੰਗਿੰਗ ਕਬੂਲ ਕੀਤਾ ਤੁਸੀਂ ਬਹੁਤ ਮੁਹੱਬਤ ਨਾਲ ਗਾਉਂਦੇ ਹੋ ਰੂਹ ਨਾਲ ਗਾਉਂਦੇ ਹੋ ਕਿੱਦਾਂ ਦਾ ਲੱਗਦਾ ਔਲ ਇਹ ਜਰਨੀ ਕਿੱਦਾਂ ਦੀ ਲੱਗੀ ਔਲ ਇਹਨੂੰ ਬਹੁਤ ਵਧੀਆ ਜੀ ਬਹੁਤ ਕਿਉਂਕਿ ਮੈਂ ਬਹੁਤ ਸਟਰਗਲ ਕੀਤਾ ਜੀ ਲਾਈਫ ਦੇ ਵਿੱਚ ਮਤਲਬ ਕਾਲਜ ਟਾਈਮ ਦੇ ਵਿੱਚ ਜਦੋਂ ਮੈਨੂੰ ਪੜ੍ਹਨ ਲਾਇਆ ਘਰਦਿਆਂ ਨੇ ਮੇਰੇ ਪੇਰੈਂਟਸ ਨੇ ਮੇਰੇ ਹਾਲਾਤ ਨਹੀਂ ਸੀ ਘਰਦੇ ਵੀ ਮੈਂ ਪੜ੍ਹ ਸਕਾਂ ਅੱਛਾ ਜੀ ਅਤੇ ਮੇਰੇ ਬ੍ਰਦਰ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੇ ਮੈਨੂੰ ਪੜ੍ਹਨ ਲਾਇਆ ਅਮਰਜੀਤ ਅਤੇ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਤੂੰ ਪ੍ਰਵਾਹ ਨਾ ਕਰ ਤੂੰ ਪੜ੍ਹ ਅਤੇ ਪਰ ਇੱਕ ਗੱਲ ਦਾ ਖਿਆਲ ਰੱਖੀ ਮੇਰੇ ਫਾਦਰ ਸਾਹਿਬ ਨੇ ਅਤੇ ਬ੍ਰਦਰ ਨੇ ਇੱਕ ਗੱਲ ਕਹੀ ਸੀ ਕਹਿੰਦੇ ਵੀ ਤੂੰ ਪੜ੍ਹਨ ਕਾਲਜ ਜਾ ਰਿਹਾ ਪਰ ਕਿਸੇ ਹੋਰ 'ਚੋਂ ਮਰਜ਼ੀ ਕਰਕੇ ਆ ਜੀ ਪਰ ਕਿਸੇ ਧੀ ਭੈਣ ਦਾ ਲਾਂਭਾ ਨਾ ਲੈ ਕੇ ਆਈ ਕਰ ਪਰ ਪੜ੍ਹੀ ਤੂੰ ਦਿਲ ਲਾ ਕੇ ਔਰ ਪੜ੍ਹੇ ਵੀ ਪੜ੍ਹਨਾ ਪੜ੍ਹਨਾ ਦਾ ਕੀ ਹੁੰਦਾ ਪਰ ਜੇ ਮੈਂ ਪੜ੍ਹਦਾ ਨਾ ਹੁੰਦਾ ਤਾਂ ਸ਼ਾਇਦ ਮੇਰੀ ਇੱਧਰ ਮਤਲਬ ਨਾ ਸਿੰਗਿੰਗ ਦੇ ਵਿੱਚ ਨਾ ਐਕਟਿੰਗ ਦੇ ਵਿੱਚ ਕੋਈ ਵੀ ਰੁਤਬਾ ਨਹੀਂ ਹੋਣਾ ਸੀ ਕੁਛ ਮਤਲਬ ਸ਼ੁਰੂਆਤ ਹੀ ਨਹੀਂ ਹੋਣੀ ਸੀ ਬਿਲਕੁਲ ਕਾਲਜ ਦੇ ਵਿੱਚ ਮਾਹੌਲ ਇਹੋ ਜਿਹਾ ਮਿਲਿਆ ਪ੍ਰੋਫੈਸਰ ਸਾਹਿਬਾਨਾਂ ਦਾ ਦੋਸਤ ਮਿੱਤਰ ਇਹੋ ਜਿਹੇ ਮਿਲੇ ਜਿਨ੍ਹਾਂ ਨੇ ਬਹੁਤ ਹਮੇਸ਼ਾ ਪੁਸ਼ ਅਪ ਕੀਤਾ ਮੈਨੂੰ ਜੀ ਸੋ ਵਿੱਚ ਵਿੱਚ ਜਦੋਂ ਮੇਰੇ ਬਹੁਤ ਮੈਂ ਸਿੰਗਿੰਗ ਦੇ ਵਿੱਚ ਮੇਰਾ ਨਾਂ ਹੋ ਗਿਆ ਸੀ ਪਲੱਸ ਟੂ ਦੇ ਵਿੱਚ ਮੇਰੀ ਟੇਪ ਆ ਗਈ ਸੀ ਪਹਿਲੀ ਆਸ਼ਕ ਭਾਅ ਜੀ ਵਧੀਆ ਫਿਰ ਵੇਲਾ ਇਹੋ ਜਿਹਾ ਹੈ ਕਿ ਸਿਰਫ ਪੈਸੇ ਵਾਲੇ ਸਿੰਗਰ ਹੀ ਅੱਗੇ ਆ ਸਕਦੇ ਸੀਗੇ ਥੋੜ੍ਹਾ ਜਿਹਾ ਮਤਲਬ ਇੱਧਰ ਬੈਕ 'ਤੇ ਹੋਇਆ ਤਾਂ ਮੇਰੀ ਐਕਟਿੰਗ ਸ਼ੁਰੂ ਹੋਈ ਹਾਂਜੀ ਐਕਟਿੰਗ ਦੇ ਨਾਲ ਮੇਰੇ ਦਿਮਾਗ 'ਚ ਮੈਂ ਕਦੇ ਆਪਣੇ ਆਪ ਨੂੰ ਮੈਂ ਹਾਰਿਆ ਹੋਇਆ ਨਹੀਂ ਸਮਝਿਆ ਜ਼ਿੰਦਗੀ 'ਚ ਵੀ ਮੈਂ ਇਹ ਨਹੀਂ ਵੀ ਮੈਂ ਤਾਂ ਯਾਰ ਮੇਰਾ ਟਾਈਮ ਲੰਘ ਗਿਆ ਜਾਂ ਵੀ ਹੁਣ ਆਪਾਂ ਕੁਛ ਨਹੀਂ ਕਰ ਸਕਦੇ ਜਾਂ ਆਪਣੇ ਪੱਲੇ ਕੁਛ ਨਹੀਂ ਪਰ ਨਹੀਂ ਵੀ ਆਪਣੇ ਮਨ 'ਚ ਇੱਕ ਇਰਾਦਾ ਸੀ ਅੱਜ ਵੀ ਉਹ ਕਾਇਮ ਹੈ ਵੀ ਜੋ ਮੇਰੀ ਅਜੇ ਤੱਕ ਵੀ ਜੋ ਮੈਂ ਮੇਰਾ ਮੁਕਾਮ ਹੈ ਜੋ ਮੈਂ ਹਾਸਲ ਕਰਨਾ ਉਹ ਅਜੇ ਕੀਤਾ ਨਹੀਂ ਉਹ ਅਜੇ ਕਰਨਾ ਸਿੰਗਿੰਗ ਦੇ ਵਿੱਚ ਵੀ ਐਕਟਿੰਗ ਦੇ ਵਿੱਚ ਵੀ ਅਜੇ ਮੈਂ ਆਪਣੇ ਆਪ ਨੂੰ ਕੋਈ ਮੁਕਾਮ ਨਹੀਂ ਮੇਰਾ ਇਹ ਸਮਝ ਰਿਹਾ ਵੀ ਮੈਂ ਹੁਣ ਬਹੁਤ ਕੁਛ ਸੰਤੁਸ਼ਟ ਹੋ ਗਿਆ ਮੈਂ ਤਾਂ ਅਜੇ ਸਟਰਗਲਰ ਸਮਝਦਾ ਆਪਣੇ ਆਪ ਨੂੰ ਵੀ ਜੋ ਮੈਂ ਜਾਣਾ ਜਿਹੜੇ ਮੇਰੇ 20 ਸਾਲ ਪਿੱਛੇ ਰਹੇ ਨੇ ਆਹ ਜਿਹੜੇ ਆਉਣ ਵਾਲੇ 10-20 ਸਾਲ ਇਹਨਾਂ 'ਚ ਮੈਂ ਕੁਛ ਨਾ ਕੁਛ ਕਰਕੇ ਦਿਖਾਉਣਾ ਕਿਆ ਬਾਤ ਹੈ ਉਹ ਅੱਗ ਸੁਲਗਦੀ ਰਹੂ
ਬਿਲਕੁਲ ਜੀ ਸੁਲਗਣੀ ਚਾਹੀਦੀ ਹੈ ਤੇ ਮੈਂ ਇਹ ਸਵਾਲ ਉਹਨਾਂ ਲਈ ਵੀ ਪੁੱਛਿਆ ਜਿਹੜੇ ਕਿ ਚਾਹੁੰਦੇ ਨੇ ਕਿ ਝੱਟ ਦੇ ਕੇ ਅੱਜ ਕੱਲ ਨਹੀਂ ਬਿਲਕੁਲ ਤਰੱਕੀ ਮਿਲ ਜਾਂਦੀ ਹੈ, ਪਰ ਤੁਸੀਂ ਜਿੰਨਾ ਚਿਰ ਸਟਰਗਲ ਨਹੀਂ ਕਰਦੇ ਕਲਾਕਾਰ ਤਾਂ ਕਿ ਤੁਸੀਂ ਚੰਗੇ ਬੰਦੇ ਵੀ ਨਹੀਂ ਬਣ ਸਕਦੇ। ਬਿਲਕੁਲ ਸਹੀ ਗੱਲ ਹੈ, ਤੁਸੀਂ ਦੇਖੋਗੇ ਜਿਹਨਾਂ ਨੂੰ ਸਸਤੀ ਔਰ ਜਲਦੀ ਸ਼ੋਹਰਤ ਮਿਲ ਜਾਂਦੀ ਹੈ ਉਹਨਾਂ 'ਚ ਕਦੇ ਮੈਚਿਓਰਿਟੀ ਨਹੀਂ ਆਉਂਦੀ। ਬਿਲਕੁਲ ਹੈ, ਉਹ ਚਲੀ ਵੀ ਜਾਂਦੀ ਹੈ। ਮੈਂ ਕਹਿੰਦਾ ਵੀ ਠੀਕ ਹੈ, ਮਤਲਬ ਬਹੁਤ ਕਿਸਮਤ ਵਾਲੇ ਨੇ ਉਹ ਲੋਕ ਜਿਹਨਾਂ ਨੂੰ ਬਹੁਤ ਛੇਤੀ ਤਰੱਕੀ ਮਿਲ ਜਾਂਦੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਸਟਰਗਲ ਚਾਹੀਦਾ ਜਿਹਦੇ ਨਾਲ ਬੰਦਾ ਘੱਟ ਤੋਂ ਘੱਟ ਬੰਦਾ ਜ਼ਰੂਰ ਬਣ ਜਾਂਦਾ। ਸਹੀ ਗੱਲ ਹੈ, ਸਹੀ ਗੱਲ ਉਹੀ ਹੈ ਕਿ ਇੱਕ ਜਿਹੜੇ ਇਰਾਦੇ ਆ ਮਜ਼ਬੂਤ ਚਾਹੀਦੇ। ਬਿਲਕੁਲ ਹਾਂ, ਜੇ ਤੁਸੀਂ ਅੱਜ ਕਿਸੇ ਨਾਲ ਤੁਸੀਂ ਕਿਸੇ ਨਾਲ ਮਾੜਾ ਨਹੀਂ ਕਰ ਸਕਦੇ, ਕਿਉਂਕਿ ਜੇ ਤੁਹਾਡੇ ਦਿਮਾਗ 'ਚ ਕੋਈ ਗੱਲ ਆਉਂਦੀ ਵੀ ਹੈ ਤਾਂ ਤੁਹਾਨੂੰ ਉਹਦੀ ਫੀਲਿੰਗਸ ਪਤਾ ਹੁੰਦਾ ਜਿਹੜੇ ਤੁਹਾਡੇ ਨਾਲ ਜੁੜੇ ਹੁੰਦੇ ਵੀ ਯਾਰ ਜੇ ਮੈਂ ਇਹਦੇ ਨਾਲ ਆ ਕੀਤਾ ਤਾਂ ਮੇਰੇ ਨਾਲ ਉਸ ਟਾਈਮ ਇਹ ਗੱਲ ਹੋਈ ਸੀ ਤਾਂ ਮੈਂ ਕਿੰਨਾ ਦੁਖੀ ਹੋਇਆ ਸੀ। ਬਿਲਕੁਲ ਹੈ ਨਾ, ਜਿਹੜੇ ਬੰਦੇ ਨੇ ਉਹ ਹਾਲਾਤ ਨਹੀਂ ਦੇਖੇ ਉਹਨਾਂ ਨੂੰ ਇਹ ਗੱਲ ਮਹਿਸੂਸ ਨਹੀਂ ਹੋਊਗੀ, ਨਹੀਂ ਹੋ ਸਕਦੀ। ਕਿਆ ਬਾਤ ਹੈ, ਬਹੁਤ ਮਤਲਬ ਤੁਸੀਂ ਲੱਖਾਂ ਦੀ ਗੱਲ ਲੱਖਾਂ ਕਰੋੜਾਂ ਦੀ ਗੱਲ ਕਰਤੀ ਆ, ਹੁਣ ਸਮਝਣ ਵਾਲੇ ਆ, ਜੇ ਸਮਝ ਗਏ ਤਾਂ ਚੰਗੀ ਗੱਲ ਉਹਨਾਂ ਲਈ। ਓਕੇ, ਇਹ ਸੀਗਾ ਕਿ ਤੁਸੀਂ ਆਪਾਂ ਵਧੀਆ ਗੱਲ ਸ਼ੁਰੂ ਕੀਤੀ, ਫੇਵਰੇਟ ਇਹਨਾਂ ਦਾ ਤੁਹਾਡੇ ਵੱਲੋਂ ਫੇਵਰੇਟ ਜਿਹੜਾ ਸੌਂਗ ਸੀ ਸਾਰਿਆਂ ਦਾ ਫੇਵਰੇਟ ਹੈ। ਹੁਣ ਨਿਸ਼ਾ ਬਾਨੋ ਜੀ ਦਾ, ਕਿਉਂਕਿ ਇਕੱਠੇ ਤੁਸੀਂ ਸਿੰਗਿੰਗ ਰਿਆਜ਼ ਵੀ ਕਰਦੇ ਹੋਣੇ, ਇਹਨਾਂ ਦਾ ਗਾਇਆ ਤੁਹਾਡਾ ਫੇਵਰੇਟ ਸੌਂਗ ਕਿਹੜਾ? ਇੱਕ ਨਾ ਸਰਦੂਲ ਭਾਅ ਜੀ ਦਾ ਡੂਇਟ ਸੌਂਗ ਹੈ, ਨੂਰੀ ਜੀ ਦਾ ਅਤੇ ਸਰਦੂਲ ਜੀ ਦਾ, ਉਹ ਬੜਾ ਵਧੀਆ ਗਾਉਂਦੇ, ਉਹ ਮੈਨੂੰ ਬੜਾ ਵਧੀਆ ਲੱਗਦਾ। ਅੱਛਾ ਜੀ, ਤਾਂ ਫਿਰ ਹੋ ਜਾਏ ਜੀ। ਨਿਤ ਨਿਤ ਪਵੇ ਨਾ ਉਡੀਕਣਾ ਵੇ ਮੈਨੂੰ, ਨਿਤ ਨਿਤ ਪਵੇ ਨਾ ਉਡੀਕਣਾ ਵੇ ਮੈਨੂੰ, ਤੈਨੂੰ ਦਿਲ ਵਿੱਚ ਕਿਧਰੇ ਛੁਪਾ ਕੇ ਰੱਖ ਲਾਂ, ਦਿਲ ਵਿੱਚ ਕਿਧਰੇ ਛੁਪਾ ਕੇ ਰੱਖ ਲਾਂ ਵੇ ਮੇਰੇ ਹਾਣੀਆਂ, ਮੇਰੇ ਹਾਣੀਆਂ ਨੇਰਾ ਤੂੰ ਸੋਚਣਾ ਗਵਾਰੇਗਾ, ਮੈਂ ਤੈਨੂੰ ਦਿਲ ਵਾਲੀ ਮੁੰਦੀ 'ਚ ਜੜਾ ਕੇ ਰੱਖ ਲਾਂ, ਹਾਣੀਆਂ ਨੇਰਾ ਤੂੰ ਸੋਚਣਾ ਗਵਾਰੇਗਾ, ਮੈਂ ਤੈਨੂੰ ਦਿਲ ਵਾਲੀ ਮੁੰਦੀ 'ਚ ਜੜਾ ਕੇ ਰੱਖ ਲਾਂ। ਕਿਆ ਬਾਤ ਹੈ, ਕਿਆ ਬਾਤ ਹੈ, ਅੱਜ ਤਾਂ ਐਂ ਲੱਗਦਾ ਵੀ ਸੁਰਾਂ ਦੇ ਸਮੁੰਦਰ ਦੇ ਵਿੱਚ ਤਾਰੀਆਂ ਲਾ ਰਹੀਆਂ ਸੀ ਕਿ ਨਹੀਂ, ਤਾਂ ਸਵਾਦ ਵੱਖਰਾ ਹੀ ਆ ਰਿਹਾ ਜੀ। ਅੱਛਾ, ਇਹ ਇਹਦੇ ਨਾਲ ਨਾਲ ਇੱਕ ਗੱਲ ਹੋਰ ਹੈ ਕਿ ਕਰਮਜੀਤ ਭਾਅ ਜੀ ਦੀ ਇੱਕ, ਵੈਸੇ ਤਾਂ ਹੁਣ ਸਾਰੀਆਂ ਨੇ ਆਪਣੀਆਂ ਜਿਹੜੀਆਂ ਨੇ ਗੁਣ ਦੱਸ ਹੀ ਦਿੱਤੇ ਨੇ, ਇੱਥੋਂ ਆਪ ਹੀ ਜ਼ਾਹਿਰ ਹੋ ਗਏ ਨੇ, ਤੁਹਾਨੂੰ ਕੀ ਲੱਗਦਾ ਇਹਦਾ ਪੋਜ਼ਿਟਿਵ ਪੁਆਇੰਟ, ਬਹੁਤ ਤਗੜਾ ਇੱਕ ਪੋਜ਼ਿਟਿਵ ਪੁਆਇੰਟ ਕਿਹੜਾ? ਪੋਜ਼ਿਟਿਵ ਪੁਆਇੰਟ ਜਿਵੇਂ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਆਪ ਨੂੰ ਹਲੇ ਵੀ ਸਟਰਗਲਰ ਸਮਝਦੇ ਨੇ ਜੀ, ਇਸ ਇੱਕ ਗੱਲ ਤੋਂ ਆਪਾਂ ਨੂੰ ਸਾਰਿਆਂ ਨੂੰ ਬਹੁਤ ਕੁਛ ਹਿੰਮਤ ਮਿਲਦੀ ਹੈ। ਜਿੱਦਾਂ ਇਹਨਾਂ ਦਾ ਇੱਕ ਸਭ ਤੋਂ ਜਿਹੜਾ ਵਧੀਆ ਮੈਨੂੰ ਗੱਲ ਲੱਗਦੀ ਹੈ, ਇਹਨਾਂ ਕੋਲ ਕੋਈ ਵੀ ਬੰਦਾ ਆ ਜਾਂਦਾ ਫਸਟ ਟਾਈਮ ਆਉਂਦਾ, ਇਹ ਉਹਨਾਂ ਨੂੰ ਇੰਨਾ ਵਧੀਆ ਤਰੀਕੇ ਨਾਲ ਗਾਈਡ ਕਰਦੇ ਹੈ, ਨਹੀਂ ਤਾਂ ਬਹੁਤ ਸਾਰੇ ਲੋਕ ਹੈ ਜਿਹੜੇ ਕਿਸੇ ਨਾ ਕਿਸੇ ਨੂੰ ਗੁੰਮਰਾਹ ਕਰ ਦਿੰਦੇ ਆ, ਬਟ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਦੱਸਣਾ ਹੈ ਕਿ ਤੁਸੀਂ ਇੱਥੋਂ ਸ਼ੁਰੂਆਤ ਕਰਨੀ ਹੈ, ਇੱਦਾਂ ਤੁਸੀਂ ਮਿਹਨਤ ਕਰਨੀ ਹੈ, ਫਿਰ ਤੁਸੀਂ ਇੱਦਾਂ ਅੱਗੇ ਚਲੇ ਜਾਣਾ। ਰਾਈਟ, ਬਾਕੀ ਦਿਲ ਦੇ ਬਹੁਤ ਅੱਛੇ ਨੇ। ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ ਹੈਗੀ, ਤਾਂ ਹੀ ਐਨ ਦਿਲ ਖੋਲ੍ਹ ਕੇ ਗਾਉਂਦੇ ਨੇ। ਬਿਲਕੁਲ, ਗਲਾ ਵੀ ਖੁੱਲ੍ਹਿਆ ਹੋਇਆ, ਦਿਲ ਖੋਲ੍ਹ ਕੇ ਵੀ ਗਾਉਂਦੇ ਨੇ। ਅੱਛਾ, ਬੈਕ ਟੂ ਡੋਲਰ ਦੀ ਹੁਣ ਆਪਾਂ ਭਾਅ ਜੀ ਗੱਲ ਕਰਾਂਗੇ ਕਿ ਇਹਦੇ ਵਿੱਚ ਤੁਸੀਂ ਵੱਖਰੇ ਵੱਖਰੇ ਕਲਾਕਾਰ, ਪੰਮੀ ਬਾਈ, ਰਾਣਾ ਰਣਵੀਰ ਭਾਅ ਜੀ, ਤਾਂ ਉਹਨਾਂ ਨੂੰ ਵੀ ਵਿੱਚ ਇੰਕਲੂਡ ਕੀਤਾ, ਤਾਂ ਇਹ ਕੀ ਸੀਗਾ, ਕਿਹਦੇ ਮਾਈਂਡ ਵਿੱਚ ਸੀਗਾ ਕਿ ਉਹਨਾਂ ਨੂੰ ਵੀ ਆਪਾਂ ਵਿੱਚ ਲਈਏ ਵੀਡੀਓ ਦੇ? ਐਕਚੁਲੀ ਪੰਮੀ ਬਾਈ ਦਾ ਤਾਂ ਇਹ ਸੀਗਾ ਜੀ, ਉਹ ਗਾਣੇ ਦੇ ਵਿੱਚ ਰੈਪ ਹੈ, ਹਾਂਜੀ, ਉਹਦੇ 'ਚ ਪੰਮੀ ਬਾਈ ਜੀ ਦਾ ਨਾਂ ਆਉਂਦਾ, ਉਹ ਤਾਂ ਮਤਲਬ ਲੈਣਾ ਹੀ ਲੈਣਾ ਸੀ ਉਹਨਾਂ ਨੂੰ ਤਾਂ, ਓਕੇ, ਉਸ ਗਾਣੇ ਦੇ ਵਿੱਚ, ਕਿਉਂਕਿ ਉਹਨਾਂ ਤੋਂ ਬਿਨਾਂ ਗਾਣਾ ਕੰਪਲੀਟ ਨਹੀਂ ਹੁੰਦਾ ਸੀਗਾ ਜੀ। ਅਤੇ ਬਾਕੀ ਇੱਕ ਸੈਲੀਬ੍ਰਿਟੀ ਸੀਗਾ ਵੀ ਮੈਨੂੰ ਕੋਈ ਨਾ ਕੋਈ ਵੀ ਹੋਵੇ, ਮੈਂ ਰਾਣਾ ਰਣਵੀਰ ਜੀ ਨਾਲ ਗੱਲ ਕੀਤੀ, ਉਹਨਾਂ ਨੇ ਫਸਟ ਮਤਲਬ ਜਦੋਂ ਵੀ ਮੇਰੇ ਅੱਧੇ ਬੋਲ ਉਹਨਾਂ ਨੇ ਹਾਂ ਕਰਤੀ, ਕਿਉਂਕਿ ਅਸੀਂ ਆਪਸ ਵਿੱਚ ਮਿੱਤਰ ਵੀ ਹਾਂ, ਕੋ ਐਕਟਰ ਐਕਟਰ ਤਾਂ ਹੈਗੇ ਹਾਂ, ਆਪਸ ਬਹੁਤ ਕੰਮ ਕੀਤਾ, ਬਟ ਅਸੀਂ ਇੱਕ ਸਾਡੀ ਮਿੱਤਰਤਾ ਕਾਲਜ ਟਾਈਮ ਤੋਂ ਹੈ, ਅਤੇ ਉਹਨਾਂ ਨੇ ਝੱਟ ਹਾਂ ਕਰਤੀ, ਹਾਲਾਂਕਿ ਉਹ ਵੀਡੀਓਜ਼ ਦੇ ਵਿੱਚ ਕੰਮ ਨਹੀਂ ਕਰਦੇ ਕਿਉਂਕਿ ਬਹੁਤ ਵੱਡੇ ਆਰਟਿਸਟ ਨੇ ਜੀ, ਹੈ ਨਾ, ਹਰ ਕੋਈ ਉਹਨਾਂ ਨੂੰ ਅਪਰੋਚ ਕਰਦਾ, ਬਟ ਉਹਨਾਂ ਨੂੰ ਮੈਂ ਪੁੱਛਿਆ ਵੀ ਸੀ ਵੀ ਤੈਨੂੰ ਕਿਤੇ ਵੀ ਇਹ ਤਾਂ ਨਹੀਂ ਲੱਗਦਾ ਵੀ ਯਾਰ ਵੀ ਮੈਂ ਤੈਨੂੰ ਯੂਜ਼ ਕਰ ਰਿਹਾ, ਕਹਿੰਦਾ ਇਹ ਕਿਹੜੀ ਗੱਲ ਕਰਤੀ, ਤੂੰ ਯਾਰ ਹੈ ਮੇਰਾ, ਤੇਰੇ ਲਈ ਜਾਨ ਵੀ ਹਾਜ਼ਰ ਹੈ, ਉਹਨਾਂ ਨੇ ਬਹੁਤ ਮਤਲਬ ਹੈਲਪ ਕੀਤੀ। ਕੀ ਬਾਤ ਹੈ, ਕੀ ਬਾਤ ਹੈ, ਤੇ ਕਿਹੜੀ ਜਗ੍ਹਾ ਸ਼ੂਟ ਹੋਇਆ ਇਹ ਸਾਰਾ ਕਨਸੈਪਟ ਕਿਹਦਾ ਸੀਗਾ? ਇਹ ਕਨਸੈਪਟ ਪਰਮਵੀਰ ਜੀ ਨੇ ਜੀ, ਜਿਹੜੇ ਵੀਡੀਓ ਡਾਇਰੈਕਟਰ ਨੇ, ਉਹਨਾਂ ਨੇ ਬਣਾਇਆ ਸੀਗਾ ਇਹ ਕਨਸੈਪਟ, ਬੜਾ ਵਧੀਆ ਲੋਕਾਂ ਨੇ ਐਪਰੀਸ਼ੀਏਟ ਕੀਤਾ ਜੀ ਜੀ ਜੀ, ਔਰ ਉੱਥੇ ਮਜ਼ਾਦ ਦੇ ਵਿੱਚ ਸਟੂਡੀਓ ਹੈ ਇੱਕ, ਉੱਥੇ ਇਹ ਸ਼ੂਟ ਹੋਇਆ ਸੀਗਾ। ਕੀ ਬਾਤ ਹੈ, ਇੱਥੇ ਸਾਰੇ ਲੋਕ ਬਹੁਤ ਸਰਾਹ ਵੀ ਰਹੇ ਨੇ ਤੁਹਾਡੇ ਇਸ ਕਨਸੈਪਟ ਨੂੰ, ਤੁਹਾਡੀ ਇਸ ਡਿਊਟ ਸਿੰਗਿੰਗ ਨੂੰ, ਇਸ ਗਾਣੇ ਨੂੰ, ਡਾਲਰ ਨੂੰ ਵੀ। ਥੈਂਕ ਯੂ। ਸੋ ਦੋਸਤੋ, ਮੈਨੂੰ ਇਹ ਪਤਾ ਕਿ ਹੁਣ ਤੁਸੀਂ ਸਾਰੇ ਜਣੇ ਚਾਹੁੰਦੇ ਹੋ ਕਿ ਭਾਅ ਜੀ ਤੋਂ ਆਪਾਂ ਲੱਗਦੇ ਹੱਥ 11ਵੀਂ ਵੀ ਸੁਣਦੇ ਕਿ ਨਹੀਂ, ਪਰ ਇੰਨੀ ਛੇਤੀ ਨਹੀਂ, ਥੋੜ੍ਹਾ ਜਿਹਾ ਇੰਤਜ਼ਾਰ ਤਾਂ ਕਰਵਾਵਾਂਗੇ ਆਪਾਂ ਤੁਹਾਨੂੰ, ਬਸ ਆਪਾਂ ਹੁਣੇ ਗਏ ਅਤੇ ਹੁਣੇ ਹਾਜ਼ਰ ਹੁੰਦੇ ਹਾਂ ਜੀ, ਮਿਲਦੇ ਹਾਂ ਇੱਕ ਪਿਆਰੀ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀ ਟੀ ਸੀ ਸ਼ੋਕੇਸ ਦੇ ਵਿੱਚ, ਅਤੇ ਮੁਲਾਕਾਤ ਆਪਾਂ ਕਰ ਰਹੇ ਹਾਂ ਕਰਮਜੀਤ ਅਨਮੋਲ ਬਾਈ ਨਾਲ ਅਤੇ ਨਿਸ਼ਾ ਬਾਨੋ ਜੀ ਨਾਲ, ਅਤੇ ਪਹਿਲਾਂ ਵਾਅਦਾ ਕੀਤਾ ਜੀ ਸਾਰੇ ਜਣੇ ਨੇ ਕਿ ਬਿਲਕੁਲ ਜੀ, ਸਾਰੇ ਜਣੇ ਵੇਟ ਕਰੀ ਜਾਂਦੇ 11ਵੇਂ ਸੁਣ ਲਈ ਹੁਣ ਆਪਾਂ ਕਿ ਨਹੀਂ, ਤਾਂ ਫਿਰ ਪਹਿਲਾਂ 11ਵੇਂ ਹੋ ਜਾਏ ਫਿਰ ਅੱਗੇ ਚੱਲਦੇ ਹਾਂ। ਹੋ ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ,
यारा वे यारा वे यारा यारा वे यारा। क्या बात है, वो इदा लग रहा है जिमें मिठी चाशनी नहीं होंगी कन्ना घुलती हो करके ना स्वाद उदा का आता है। नहीं बहुत खूब जी बहुत खूब। अच्छा तो अपना हूँ जो गल करिए अजक वैसे फिल्मों का बने हुआ कि नहीं हाँ जी, फिल्मों का पार्ट टू बन जाता पार्ट थ्री बन जाता भाजी ने यारहवे का पार्ट टू कटता तो यदि पॉपुलैरिटी निशा जी आप लगा सकते हैं कि नहीं। तो स्टेजिज से जाने तो कि मतलब सब तो ज़्यादा कि डिमांड आँदी है रब दे समान है बट इदा कि उधर जाइए तो जो उधर लोग अपने कीमती टाइम चो टाइम कढ़ के सानू वेखन लई आउंदे बहुत ज़्यादा खुशी हुंदी है तो लगता भी असी कुछ खटे है जिहड़ा साडे लई अपना इन्ना कीमती टाइम। इधर इधर लोग इदा हुंदा जी उधर बहुत वधिया लोग सुनदे ने क्योंकि उन्होंने अपने लगे पैसों का भी पता हुंदा कि किवें कमाए ने डॉलर जिहड़े $50 $100 की टिकट असी खरीदी है तो उहदी कीमत की है तो वह चाहते भी यही ने भी सानू वधिया कुछ मिलना चाहिए। बिल्कुल सही। और मैं कहना भी दुनिया च जिथे मर्जी चले जाओ जिन्हें कनेडा अमेरिका आस्ट्रेलिया जिथे भी अपने पंजाबी वसदे ने सब तो वध कल्चर नू प्यार करन वाले ने। क्या बात है, बिल्कुल। मतलब हर एक चीज़ तुसी ये नहीं सोच सकते भी वह किहड़े मुल्क दे विच रहिंदे है ते तुसी उत्थे जिहड़ा मर्जी गीत गाए जाओ ना। अच्छा। सब तो वध जे कोई तुसी सीन भी गलत कर लिया गाणा भी गलत गा लिया सब तो पहला जिहड़े साडे भरा बाहर विदेशों च बैठे है ਉਹਨਾਂ ਦੇ ਗਿਲੇ ਸ਼ਿਕਵੇ ਹੁੰਦੇ ਨੇ ਕਿ ਤੁਸੀਂ ਆਹ ਗੀਤ ਕਿਉਂ ਗਾਇਆ। ਸਹੀ ਗੱਲ ਹੈ, ਸਹੀ ਹੈ, ਬਿਲਕੁਲ ਇਹ ਸਹੀ ਗੱਲ। ਜੇ ਵਧੀਆ ਗਾਉਂਦੇ ਤਾਂ ਉਹਨੂੰ ਐਪਰੀਸ਼ੀਏਟ ਵੀ ਪੂਰਾ ਕਰਦੇ ਨੇ ਵੀ ਆਹ ਤੁਸੀਂ ਕਮਾਲ ਕਰਤੇ। ਵਾਕਿਆ ਜੀ ਵਾਕਿਆ ਵਾਕਿਆ। ਉਹ ਬਹੁਤ ਲੋਕ ਕਲਚਰ ਨਾਲ ਜੁੜੇ ਹੋਏ ਨੇ। ਰਾਈਟ ਹੈ। ਅੱਛਾ ਅੱਜ ਕੱਲ੍ਹ ਦੀ ਸਿੰਗਿੰਗ ਨੂੰ ਲੈ ਕੇ ਖਾਸ ਤੌਰ 'ਤੇ ਤੁਸੀਂ ਤੁਹਾਡਾ ਕੀ ਟਿੱਪਣੀ ਹੈਗੀ ਕਿ ਜਿਹੜਾ ਅੱਜ ਕੱਲ੍ਹ ਸਿੰਗਿੰਗ ਦਾ ਜਿਹੜਾ ਲੈਵਲ ਹੈਗਾ ਇਹ ਅੱਪ ਜਾ ਰਿਹਾ ਜਾਂ ਫਿਰ ਸਟੇਬਲ ਆ ਜਾਂ ਫਿਰ ਥੋੜ੍ਹਾ ਜਿਹਾ ਥੱਲੇ ਆ, ਤੁਹਾਨੂੰ ਕੀ ਲੱਗਦਾ? ਮੇਰੇ ਹਿਸਾਬ ਨਾਲ ਦੇਖੋ ਸਾਰੇ ਮਿਹਨਤ ਕਰ ਰਹੇ ਨੇ, ਬਾਕੀ ਆਡੀਅੰਸ ਬਹੁਤ ਸਮਝਦਾਰ ਹੈ, ਲੋਕ ਬਹੁਤ ਸਮਝਦਾਰ ਨੇ, ਉਹ ਅੱਛਾ ਦੇਖਦੇ ਨੇ ਪਰਖਦੇ ਨੇ, ਜੋ ਉਹਨਾਂ ਨੂੰ ਬੈਟਰ ਲੱਗਦਾ ਜੋ ਬੈਟਰ ਹੁੰਦਾ ਉਹ ਉੱਪਰ ਚਲਾ ਜਾਂਦਾ, ਜੋ ਲੱਗਦਾ ਕਿ ਠੀਕ ਹੈ ਤਾਂ ਉਹ ਮਤਲਬ ਉਹਨਾਂ ਦਾ ਸਟਰਗਲ ਜਿਹੜਾ ਹੈ ਉਹ ਚੱਲ ਹੀ ਰਿਹਾ। ਇਹ ਸਵਾਲ ਮੈਂ ਤੁਹਾਨੂੰ ਤਾਂ ਪੁੱਛਿਆ, ਤੁਸੀਂ ਅਖਾੜੇ ਖੁੱਲ੍ਹੇ ਗਾਉਂਦੇ ਹੋ ਕਿ ਨਹੀਂ? ਬਿਲਕੁਲ ਨਹੀਂ। ਅੱਜ ਕੱਲ੍ਹ ਦੇਖੋ ਜੀ ਮੈਨੂੰ ਇੰਨਾ ਕੁ ਪਤਾ ਵੀ ਜਿਹੜਾ ਮੇਰਾ ਯਾਰਾਵੇ ਸੌਂਗ ਆਇਆ ਜੀ ਉਹ ਬੱਚਿਆਂ ਨੇ ਵੀ ਪਸੰਦ ਕੀਤਾ, ਬਿਲਕੁਲ, ਕੁੜੀਆਂ ਨੇ ਵੀ ਪਸੰਦ ਕੀਤਾ, ਮੁੰਡਿਆਂ ਨੇ ਵੀ, ਲੇਡੀਜ਼ ਨੇ ਵੀ ਔਰ ਬਜ਼ੁਰਗਾਂ ਨੇ ਵੀ। ਸਹੀ ਹੈ, ਹੈ ਨਾ। ਉਹ ਇੱਕ ਲੇਡੀ ਮੈਨੂੰ ਕੈਨੇਡਾ ਮਿਲੀ ਬੜੀ ਵਧੀਆ ਪਿਆਰ ਨਾਲ, ਕਹਿੰਦੀ ਵੀਰ ਜੀ ਜਿਹੜਾ ਤੁਸੀਂ ਇਹ ਗੀਤ ਗਾਇਆ ਵੀ ਲੋਕ ਤਾਂ ਸਿਰਫ ਕੁੜੀਆਂ ਨੂੰ ਮੁੱਖ ਰੱਖ ਕੇ ਗੀਤ ਗਾਉਂਦੇ ਨੇ, ਹੈ ਨਾ, ਬਟ ਜਿਹੜਾ ਯਾਰਾਵੇ ਗੀਤ ਹੈ ਇਹ ਤੁਸੀਂ ਰੱਬ ਨਾਲ ਵੀ ਜੁੜ ਸਕਦੇ ਹੋ, ਤੁਸੀਂ ਆਪਣੇ ਬੱਚਿਆਂ ਲਈ ਵੀ ਜੁੜ ਸਕਦੇ ਹੋ, ਤੁਸੀਂ ਆਪਣੇ ਕਿਸੇ ਨੂੰ ਜਿਹਨੂੰ ਵੀ ਪਿਆਰ ਕਰਦੇ ਹੋ ਭੈਣ ਨੂੰ ਭਰਾ ਨੂੰ ਸਾਰਿਆਂ ਨੂੰ ਤੁਸੀਂ ਮਤਲਬ ਦੇਖ ਕੇ ਇਹ ਗੀਤ ਮਹਿਸੂਸ ਕਰ ਸਕਦੇ ਹੋ ਇੱਕ ਇੱਦਾਂ ਦਾ ਇਹ ਗੀਤ ਹੈ। ਔਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੇ ਹਿੱਸੇ ਇੱਕ ਇੰਨਾ ਵਧੀਆ ਗੀਤ ਆਇਆ, ਦੀਪ ਕੰਡਿਆਰਾ ਜੀ ਬੜੇ ਵਧੀਆ ਰਾਈਟਰ ਨੇ ਜੀ, ਉਹਨਾਂ ਨੇ ਲਿਖਿਆ ਅਤੇ ਜਿਹੜਾ ਉਸ ਤੋਂ ਵੀ ਖੂਬਸੂਰਤ ਮਿਊਜ਼ਿਕ ਦਿੱਤਾ ਜੈਸਨ ਥਿੰਦ ਨੇ, ਔਰ ਮੈਂ ਉਹਨਾਂ ਦਾ ਰਿਣੀ ਹਾਂ ਕਿ ਮੈਨੂੰ ਸਾਡੀ ਜਿਹੜੀ ਸਾਰੀ ਟੀਮ ਹੈ ਇਹ ਔਰ ਵਧੀਆ ਜੁੜੀ ਹੋਈ ਹੈ ਔਰ ਲੋਕਾਂ ਨੇ ਇੰਨਾ ਐਪਰੀਸ਼ੀਏਟ ਕੀਤਾ ਕਿਉਂਕਿ ਤੁਸੀਂ ਵਧੀਆ ਗਾਉਣ ਵਾਲੇ ਬਣੋ ਜੀ, ਲੋਕ ਜ਼ਰੂਰ ਪਸੰਦ ਕਰਦੇ ਨੇ। ਵਾਕਿਆ ਸਹੀ ਗੱਲ। ਅਤੇ ਭਾਅ ਜੀ ਜਿੱਦਾਂ ਆਸਟ੍ਰੇਲੀਅਨ ਡਾਲਰ ਅਮੈਰੀਕਨ ਡਾਲਰ ਹੁੰਦੇ ਨੇ ਉਹਨਾਂ ਦੀ ਕੀਮਤ ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਤੁਹਾਡੇ ਇਸ ਡਾਲਰ ਦੀ ਕੀਮਤ ਨੂੰ ਦੁਨੀਆ ਸਾਹਮਣੇ ਕੌਣ ਲੈ ਕੇ ਆਇਆ ਅਤੇ ਕਿਹਨੇ ਸਹਿਯੋਗ ਤੁਹਾਨੂੰ? ਇਹ ਸ਼ਮਾਰੂ ਡਾਲਰ ਹੋ ਗਿਆ ਜੀ, ਸ਼ਮਾਰੂ ਦੇ ਬਬਲੀ ਸਿੰਘ ਜੀ ਨੇ ਰਿਲੀਜ਼ ਕੀਤਾ ਜੀ ਗਾਣਾ ਸਾਡਾ ਔਰ ਵਧੀਆ ਮਤਲਬ ਐਡ ਦੇ ਰਹੇ ਨੇ ਜੀ, ਅੱਛਾ ਰਿਸਪੋਂਸ ਆ ਗਾਣੇ ਦਾ ਵੀ, ਅਸੀਂ ਥੈਂਕਫੁੱਲ ਉਹਨਾਂ ਦੇ ਬਬਲੀ ਜੀ ਦੇ ਜਿਹਨਾਂ ਨੇ ਸਾਡਾ ਇਹ ਗਾਣਾ ਰਿਲੀਜ਼ ਕੀਤਾ। ਅਤੇ ਜੇ ਹੁਣ ਗੱਲ ਕਰੀਏ ਆਪਾਂ ਅੱਜ ਕੱਲ੍ਹ ਦਾ ਸਿਨੇਰੀਓ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ, ਅਤੇ ਯਾਰਾ ਟੂ ਯਾਰਾਵੇ ਟੂ ਜਿਹੜਾ ਤੁਸੀਂ ਕਿਹਾ ਹੈਗਾ ਤਾਂ ਉਹਦੀ ਪਲੈਨਿੰਗ ਕਦੋਂ ਅਤੇ ਕਿਵੇਂ ਬਣੀ? ਉਹ ਇਹ ਸੀਗਾ ਵੀ ਕਈ ਲੋਕਾਂ ਨੂੰ ਇਹ ਨਹੀਂ ਪਤਾ ਸੀਗਾ ਕਿਉਂਕਿ ਮੇਰੀ ਐਜ਼ ਐਨ ਕਮੇਡੀਅਨ ਜਾਂ ਐਜ਼ ਐਨ ਐਕਟਰ ਪਛਾਣ ਸੀਗੀ ਲੋਕਾਂ 'ਚ, ਕਿਸੇ ਨੂੰ ਪਤਾ ਨਹੀਂ ਸੀ ਵੀ ਇਹ ਹਲਵਾਈ ਜਾਂ ਕਿੱਥੇ ਗੱਲ ਹੋਈ ਜਾ ਰਹੇ, ਸੋ ਉਹ ਕਈਆਂ ਨੂੰ ਤਾਂ ਪਤਾ ਸੀਗਾ ਜਿਹੜੇ ਮੇਰੇ ਪੁਰਾਣੇ ਸਰੋਤੇ ਸੀਗੇ, ਬਟ ਨਵਿਆਂ ਨੂੰ ਇਹ ਲੱਗਦਾ ਸੀ ਵੀ ਨਹੀਂ ਯਾਰ ਇਹ ਬੰਦਾ ਨਹੀਂ, ਇਹ ਗਾਇਕ ਨਹੀਂ ਹੋ ਸਕਦਾ, ਫਿਰ ਮੈਂ ਉਹ ਯਾਰਾ ਵੇ ਟੂ ਤਾਂ ਹੀ ਰੱਖਿਆ ਸੀ, ਤਾਂ ਉਹ ਯਾਰਾ ਵੇ ਟੂ ਮੈਂ ਤਾਂ ਹੀ ਰੱਖਿਆ ਸੀ ਵੀ ਪਹਿਲਾਂ ਪਤਾ ਲੱਗਿਆ ਵੀ ਇਟ ਮੀਨਸ ਯਾਰਾ ਵੇ ਇਹਨਾਂ ਦੇ ਗਾਇਆ ਹੋਇਆ, ਅਤੇ ਇਹ ਗਾਇਕੀ ਦਾ ਹਲਵਾਈ ਹੈ ਜੀ ਜਿਹੜਾ ਮਿਠਾਸ ਦੀ ਚਾਸਨੀ ਘੋਲਦਾ, ਅਤੇ ਮੈਂ ਪਹਿਲਾਂ ਹੀ ਆਖਿਆ ਸੀਗਾ ਕਿ ਨਹੀਂ ਤਾਂ ਵਾਕਿਆ ਜੀ। ਅਤੇ ਨਿਸ਼ਾ ਆਪਾਂ ਤੁਹਾਡੇ ਤੋਂ ਪੁੱਛਣਾ ਚਾਹੂੰਗੇ ਬੀਂਗ ਅ ਫੀਮੇਲ ਕਿੰਨਾ ਕੁ ਔਖਾ ਹੁੰਦਾ ਆਪਣੀ ਫੈਮਿਲੀ ਨੂੰ ਪ੍ਰੂਵ ਕਰਨਾ ਕਿ ਨਹੀਂ ਸਮਾਜ ਦੇ ਵਿੱਚ ਇੱਕ ਐਜ਼ ਅ ਸਿੰਗਰ ਅਸਟੈਬਲਿਸ਼ ਹੋਣਾ, ਆਪਣੇ ਆਪ ਨੂੰ ਐਕਟਿੰਗ ਵਿੱਚ ਲੈ ਕੇ ਆਉਣਾ, ਗਲੈਮਰਸ ਵਰਲਡ ਵਿੱਚ ਲੈ ਕੇ ਆਉਣਾ, ਕਿੰਨਾ ਕੁ ਮੁਸ਼ਕਿਲ ਅਤੇ ਕਿੰਨਾ ਕੁ ਆਸਾਨ ਹੁੰਦਾ? ਮੁਸ਼ਕਿਲ ਤਾਂ ਬਹੁਤ ਜ਼ਿਆਦਾ ਹੁੰਦਾ, ਬਟ ਤੁਹਾਡਾ ਲੱਕ ਹੁੰਦਾ, ਲੱਕ ਬਹੁਤ ਜ਼ਿਆਦਾ, ਮੈਂ ਬਹੁਤ ਯਕੀਨ ਰੱਖਦੀ ਹਾਂ ਲੱਕ ਦੇ ਉੱਪਰ,
ਬਟ ਜੇ ਤੁਹਾਨੂੰ ਸਾਹਮਣੇ ਉਹ ਗਾਈਡ ਕਰਨ ਵਾਲਾ ਬੰਦਾ ਚੰਗਾ ਮਿਲ ਜੇ ਤਾਂ ਤੁਹਾਨੂੰ ਉਹ ਕਿਤੇ ਵੀ ਪਹੁੰਚਾ ਸਕਦਾ ਜੀ, ਤੇ ਜੇ ਤੁਹਾਨੂੰ ਕੋਈ ਗਲਤ ਬੰਦਾ ਮਿਲ ਜਾਵੇ ਤਾਂ ਉਹ ਤੁਹਾਨੂੰ ਰੋਲ ਦਿੰਦਾ। ਇਹ ਤਾਂ ਗੱਲ ਸਹੀ ਹੈ ਜੀ, ਬਿਲਕੁਲ। ਅਤੇ ਇਹ ਮੈਂ ਇੱਥੇ ਅੰਦਾਜ਼ਾ ਲਗਾ ਸਕਦਾ ਕਿ ਤੁਹਾਡੀ ਇੱਕ ਜੋੜੀ ਜਿਹੜੀ ਹੈਗੀ ਹੈ ਬਾਕਮਾਲ ਜੋੜੀ ਹੈ, ਸਾਰਿਆਂ ਨੂੰ ਬੇਹੱਦ ਪਸੰਦ ਆ ਰਹੀ ਹੈ ਅਤੇ ਇਹ ਵਾਰ ਵਾਰ ਤੁਹਾਡੀ ਜੋੜੀ ਨੂੰ ਸਾਹਮਣੇ ਦੇਖਣਾ ਚਾਹੁੰਦਾ, ਹਰ ਕੋਈ ਸੁਣਨਾ ਚਾਹੁੰਦਾ ਇਹਨੂੰ ਕਿ ਨਹੀਂ। ਅਤੇ ਫਿਲਹਾਲ ਮੈਂ ਸੁਣਨਾ ਚਾਹੁੰਦਾ ਯਾਰਾ ਬਿੱਟੂ, ਮੈਂ ਲਲਚਾਈ ਜਾ ਰਿਹਾ ਮਾੜਾ ਮਾੜਾ ਜਿਹਾ। ਹਾਂ ਸੋਹਣਿਆ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ, ਸੋਹਣਿਆ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ, ਸੌ ਤੇਰੀ ਵੇ ਸਾਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ, ਸੌ ਤੇਰੀ ਵੇ ਸਾਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ, ਸੋਹਣਿਆ ਵੇ ਸੱਜਣਾ ਵੇ ਢੋਲਣਾ ਵੇ ਰਾਂਝਣਾ ਵੇ। ਹਾਏ ਹਾਏ ਹਾਏ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅੱਛਾ, ਗੱਲਾਂ ਹੁਣ ਸਾਰੀਆਂ ਪ੍ਰੋਫੈਸ਼ਨਲੀ ਹੋ ਗਈਆਂ, ਗਾਣੇ ਵੀ ਤੁਸੀਂ ਮੇਰੀ ਪਸੰਦ ਦੇ ਵੀ ਸੁਣਾ ਤੇ, ਸਾਰਿਆਂ ਦੀ ਪਸੰਦ, ਉਹਦੇ ਲਈ ਥੈਂਕਸ ਤੁਹਾਡਾ ਬਹੁਤ ਬਹੁਤ। ਜਾਂਦੇ ਜਾਂਦੇ ਤੁਹਾਡੀ ਫੈਮਿਲੀ ਦੇ ਉੱਤੇ ਚਾਤੀ ਮਾਰਨਾ ਚਾਹਾਂਗੇ, ਕਿੰਨਾ ਕੁ ਟਾਈਮ ਦੇ ਪਾਉਂਦੇ ਇੰਨੇ ਬਿਜ਼ੀ ਸਕੈਡਿਊਲ 'ਚੋਂ ਫੈਮਿਲੀ ਨੂੰ? ਦੇਖੋ ਜੀ, ਮੈਂ ਵਿਹਲਾ ਟਾਈਮ ਜਿੰਨਾ ਵੀ ਹੁੰਦਾ ਮੈਂ ਉਹ ਸਾਰਾ ਫੈਮਿਲੀ ਨੂੰ ਹੀ ਦਿੰਦਾ। ਮੈਂ ਕਦੇ ਇੱਧਰ ਉੱਧਰ ਨਹੀਂ ਗਿਆ ਵੀ ਜਾਂ ਚਲੋ ਬਾਹਰ ਗੇੜਾ ਮਾਰੇ, ਜੇ ਗੇੜਾ ਵੀ ਮਾਰਨਾ ਤਾਂ ਆਪਣੇ ਬੱਚਿਆਂ ਨਾਲ, ਵਾਈਫ ਨਾਲ ਜਾਂਦਾ। ਓਕੇ, ਔਰ ਮੇਰੇ ਪੇਰੈਂਟਸ ਨੇ, ਮਾਂ ਬਾਪ ਵਧੀਆ, ਉਹਨਾਂ ਦਾ ਆਸ਼ੀਰਵਾਦ ਹੈ ਜੀ, ਔਰ ਉਹਨਾਂ ਨੇ ਹਮੇਸ਼ਾ ਮੈਨੂੰ ਸਹਿਯੋਗ ਦਿੱਤਾ, ਮੇਰੇ ਬਾਪੂ ਜੀ ਨੇ, ਮੇਰੀ ਮਾਤਾ ਜੀ ਨੇ। ਬਾਪੂ ਜੀ ਤਾਂ ਵੈਸੇ ਥੋੜ੍ਹਾ ਜਿਹਾ ਹੁਣ ਤੱਕ ਕਹਿੰਦੇ ਰਹੇ ਨੇ ਵੀ ਕਿਹੜੇ ਕੰਮਾਂ 'ਚ ਪੈ ਗਿਆ ਤੂੰ ਇਸ ਡੁਗਡੁਗੀ ਵਾਲੇ 'ਚ, ਹੈ ਨਾ, ਜੇ ਥੋੜ੍ਹਾ ਜਿਹਾ ਹੋਰ ਪੜ੍ਹ ਲੈਂਦਾ ਤੁਹਾਨੂੰ ਪਟਵਾਰੀ ਲੱਗਿਆ ਹੋਣਾ ਸੀ। ਅਤੇ ਮੇਰੀ ਮਾਤਾ ਜੀ ਨੇ ਬਹੁਤ ਸਹਿਯੋਗ ਦਿੱਤਾ, ਉਸ ਤੋਂ ਬਾਅਦ ਵਾਈਫ ਨੇ ਬਹੁਤ ਸਹਿਯੋਗ ਦਿੱਤਾ, ਦੋ ਬੇਟੇ ਨੇ ਜੀ ਅਰਮਾਨ ਅਤੇ ਗੁਰਸ਼ਾਨ, ਬੜਾ ਵਧੀਆ ਮਤਲਬ ਲਿਆਕਤ ਹੈ ਉਹਨਾਂ 'ਚ। ਅਤੇ ਇੱਕ ਮੇਰੀ ਧੀ ਹੈ ਛੋਟੀ ਜੀ, ਮੇਰੀ ਭਤੀਜੀ, ਜੇ ਮੈਂ ਉਹਦਾ ਨਾਂ ਨਾ ਲਿਆ ਪਵੀ ਦਾ ਤਾਂ ਉਹਨੇ ਮੈਨੂੰ ਘਰੋਂ ਕੱਢ ਦੇਣਾ, ਉਹ ਬੜੀ ਪਿਆਰੀ ਹੈ, ਮੈਨੂੰ ਪਾਪਾ ਕਹਿੰਦੀ ਹੈ ਜੀ, ਬੜੀ ਪਿਆਰੀ ਹੈ, ਔਰ ਬੜੀ ਖੁਸ਼ੀਆਂ ਦੇ ਨਾਲ ਘਰ ਦੇ ਵਿੱਚ ਰਹਿ ਰਹੇ। ਕਿਆ ਬਾਤ ਹੈ, ਇਹ ਖੁਸ਼ੀਆਂ ਇਸੇ ਤਰ੍ਹਾਂ ਬਰਕਰਾਰ ਰਹਿਣ ਤੇ ਜਾਂਦੇ ਜਾਂਦੇ ਹੁਣ ਦੋਨੇ ਜਣੇ ਦੱਸੋ ਕਿ ਫਿਊਚਰ ਦੇ ਵਿੱਚ। ਨਿਸ਼ਾ ਜੀ, ਪਹਿਲਾਂ ਤੁਹਾਡੇ ਤੋਂ ਪੁੱਛਾਂਗਾ ਕਿ ਕੀ ਆ ਰਿਹਾ ਜੀ ਤੁਹਾਡੇ ਵੱਲੋਂ ਐਕਟਿੰਗ ਨੂੰ ਲੈ ਕੇ, ਸਿੰਗਿੰਗ ਨੂੰ ਲੈ ਕੇ? ਦੋਨੋਂ ਹੀ ਜੀ, ਐਕਟਿੰਗ ਵੀ ਤੇ ਸਿੰਗਿੰਗ ਵੀ। ਸਿੰਗਿੰਗ ਦੇ ਵਿੱਚ ਅਸੀਂ ਕਰ ਰਹੇ ਹਾਂ, ਟਰੈਕ ਕਰ ਰਹੇ ਹਾਂ, ਡਿਊਟ ਦੀ ਤਿਆਰੀ ਸਾਡੀ ਚੱਲ ਰਹੀ ਹੈ, ਅਸੀਂ ਰਿਹਰਸਲ ਕਰਦੇ ਹਾਂ ਡੇਲੀ ਜੀ। ਤੇ ਮੂਵੀਜ਼ ਆ ਰਹੀਆਂ ਨੇ, ਵਿਸਾਖੀ ਲਿਸਟ ਆ ਰਹੀ ਹੈ ਮੇਰੀ, ਇੱਕ ਰੋਸ਼ਨ ਪ੍ਰਿੰਸ ਜੀ ਦੀ ਮੂਵੀ ਹੈ, ਮੈਂ ਤੇਰੀ ਤੂੰ ਮੇਰਾ। ਓਕੇ, ਤੇ ਉਦਾਂ ਹੋਰ ਮੂਵੀਜ਼ ਨੇ, ਖਿੰਦੀ ਮੂਵੀ ਕੀਤੀ ਹੈ ਮੈਂ, ਉਹ ਵੀ ਜਲਦੀ ਆ ਜਾਣੀ ਹੈ, ਤਾਂ ਲੱਗੇ ਹੋਏ ਆ ਜੀ। ਚਲੋ ਜੀ, ਆਲ ਦਾ ਵੈਰੀ ਬੈਸਟ, ਪਰਮਾਤਮਾ ਚੜ੍ਹਦੀ ਕਲਾ ਤੁਹਾਨੂੰ ਵੀ ਰੱਖੇ। ਅਤੇ ਭਾਅ ਜੀ, ਤੁਹਾਡੇ ਵੱਲੋਂ ਫਿਊਚਰ ਦੇ ਵਿੱਚ ਕੀ ਕੁਝ ਤਿਆਰ ਹੋਇਆ ਪਿਆ? ਬਿਲਕੁਲ ਜੀ, ਹੋਇਆ ਪਿਆ ਕੁਛ ਤਾਂ, ਸਾਡੇ ਡੂਟ ਸੌਂਗ ਆਉਣੇ ਆ ਜੀ ਕੁਛ, ਅਸੀਂ ਇੱਕ ਬੈਂਡ, ਅਸੀਂ ਕਾਫੀ ਦੇਰ ਦੀ ਸਾਡੀ ਚੱਲ ਰਹੀ ਪਲੈਨਿੰਗ ਉਹ ਵੀ, ਅਤੇ ਕੁਛ ਗਾਣੇ ਮੈਂ ਸੋਸ਼ਲ ਉਹਨਾਂ 'ਤੇ ਹੀ ਵਰਕ ਚੱਲ ਰਿਹਾ, ਜਿੱਦਾਂ ਕਿ ਸੰਤਰਾਮ ਉਦਾਸੀ ਜੀ ਦੇ ਗਾਣੇ, ਹੈ ਨਾ, ਕੁਛ ਇੱਦਾਂ ਦਾ ਵੀ ਚੱਲ ਰਿਹਾ ਪਲੈਨ। ਐਂਡ ਫਿਲਮਾਂ ਬਾਕੀ ਐਜ਼ ਯੂਜ਼ੁਅਲ ਚੱਲ ਹੀ ਰਹੀਆਂ ਨੇ ਜੀ, ਆਉਣੀਆਂ ਹੁਣ ਚੰਨੋ ਕਮਲੀ ਯਾਰ ਦੀ ਆਉਣ ਵਾਲੀ ਜੀ ਫੈਬ ਦੇ ਵਿੱਚ, ਉਸ ਤੋਂ ਬਾਅਦ ਅੰਮ੍ਰਿਤਸਰੀਆ, ਉਸ ਤੋਂ ਬਾਅਦ ਇੱਕ ਗਿੱਪੀ ਜੀ ਨੇ ਡਾਇਰੈਕਟ ਕੀਤੀ ਉਹ ਆਉਣੀ ਹੈ, ਇੱਕ ਗਿੱਪੀ ਜੀ ਦੀ ਲੌਕ ਹੈ ਉਹ ਆਉਣੀ ਹੈ ਜੀ, ਅਤੇ ਇੱਕ ਦੋ ਹੋਰ ਮੂਵੀਜ਼ ਨੇ ਅਤੇ ਜਿਹੜੀਆਂ ਆਉਣੀਆਂ ਨੇ ਸਾਰੀਆਂ ਸੁਪਰ ਹਿੱਟ ਹੋਣੀਆਂ ਜੀ, ਕਿਉਂਕਿ ਲੱਕੀ ਚਾਰਮ ਉਹਦੇ ਵਿੱਚ। ਸੋ ਬਹੁਤ ਵਧੀਆ ਲੱਗਿਆ, ਅਤੇ ਇੱਕ ਬਹੁਤ ਹਾਸੇ ਮਜ਼ਾਕ ਦੇ ਵਿੱਚ ਵੀ ਆਪਾਂ ਇਹ ਇੰਟਰਵਿਊ ਕੀਤੀ ਹੈ, ਬਹੁਤ ਸੇਧ ਵਾਲੀਆਂ ਗੱਲਾਂ ਵੀ ਭਾਅ ਜੀ ਤੋਂ ਸਿੱਖਣ ਨੂੰ ਮਿਲੀਆਂ ਨੇ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀ ਇਸ ਜੋੜੀ ਨੂੰ, ਅਤੇ ਹੋਰ ਤਰੱਕੀਆਂ ਪਾਓ, ਵਧੀਆ ਵਧੀਆ ਮਿਊਜ਼ਿਕ ਸਾਡੇ ਕੰਨਾਂ ਵਿੱਚ ਪੈਂਦਾ ਰਹੇ, ਹਲਵਾਈ ਦੀ ਜਿਹੜੀ ਗਾਇਕੀ ਦੀ ਹਲਵਾਈ ਦੀ ਜਿਹੜੀ ਚਾਹ ਉਹ ਹੈ ਨਾ, ਉਹ ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਿਆ। ਥੈਂਕ ਯੂ ਗੁਰਜੀਤ ਜੀ, ਔਰ ਪੀ ਟੀ ਸੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।